ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਗੱਲਬਾਤ ਅਗਲੀ ਸ਼ੁਰੂ ਕਰਦੇ ਹਾਂ, ਪਾਉਂਦੇ ਹਾਂ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਨਾਵਲ 90 ਲੜੀਵਾਰ ਭਾਗ 16। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਸੁਰਜਨ ਸਿੰਘ ਅਣਕਿਆਸੀ ਸਥਿਤੀ ਦੇ ਵਿੱਚ ਆ ਖੜਿਆ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੁਰਿੰਦਰ ਇੰਨੇ ਦਿਨ ਘਰ ਬੈਠੀ ਰਹੇਗੀ। 6 ਹਫ਼ਤੇ ਹੋ ਗਏ ਸਨ ਇੱਕ ਚੁੱਪ ਜਿਹੀ ਬੱਜੀ ਨੂੰ। ਉਸਦਾ ਦਿਲ ਕਰਦਾ ਕਿ ਗੁਲਵੰਤ ਦੀ ਘੰਡੀ ਮਰੋੜ ਦੇਵੇ ਕਿਤੇ, ਜਾਣੀ ਕਿ ਗਲ ਤੋਂ ਫੜ ਕੇ ਉਹਨੂੰ ਝੰਜੋੜ ਕੇ ਰੱਖ ਦੇਵੇ। ਗੁਲਵੰਤ ਨੇ ਇੱਕ ਵਾਰ ਵੀ ਆ ਕੇ ਉਸ ਤੱਕ ਪਹੁੰਚ ਨਹੀਂ ਸੀ ਕੀਤੀ। ਮੁੜ ਕੇ ਸਰੂਪ ਦਾ ਵੀ ਫੋਨ ਨਹੀਂ ਸੀ ਆਇਆ। ਗੁਲਵੰਤ ਤਾਂ ਆਪਣੇ ਦੋਸਤਾਂ ਦੇ ਵਿੱਚ ਬੈਠਾ ਹੱਸਦਾ ਰਹਿੰਦਾ। ਕਈ ਵਾਰ ਉਹ ਕੋਲ ਦੀ ਲੰਘ ਰਿਹਾ ਹੁੰਦਾ ਤਾਂ ਗੁਲਵੰਤ ਦੇ ਦੋਸਤਾਂ ਦੀ ਢਾਣੀ ਬਿਨਾਂ ਕਿਸੇ ਗੱਲ ਤੋਂ ਹੀ ਹੱਸ ਪੈਂਦੀ। ਉਸਨੂੰ ਪਤਾ ਸੀ ਕਿ ਗੁਲਵੰਤ ਉਸਦਾ ਜਾਣ ਕੇ ਮਜ਼ਾਕ ਉਡਾ ਰਿਹਾ। ਉਸਦੀਆਂ ਨਸਾਂ ਤਣਨ ਲੱਗਦੀਆਂ। ਹੁਣ ਉਸਨੂੰ ਰਾਜੂ ਦੇ ਨਾਲੋਂ ਗੁਲਵੰਤ ਜ਼ਿਆਦਾ ਖਤਰਨਾਕ ਲੱਗ ਰਿਹਾ ਸੀ। ਪਹਿਲਾਂ ਵੀ ਉਹ ਕਈ ਵਾਰ ਸੋਚਿਆ ਕਰਦਾ ਕਿ ਅਗਰ ਰਾਜੂ ਉਸਦੀ ਹਰ ਗੱਲ ਮੰਨਦਾ ਹੈ ਤਾਂ ਇੰਨੀ ਗੱਲ ਨਹੀਂ ਮੰਨ ਸਕਦਾ ਕਿ ਕੁੜੀ ਨੂੰ ਖੁਸ਼ ਰੱਖੇ। ਅੰਦਰ ਭਾਵੇਂ ਉਸਦੇ ਤੂਫਾਨ ਸੀ ਪਰ ਬਾਹਰੋਂ ਉਹ ਠੀਕ ਰਹਿੰਦਾ। ਕੋਈ ਵੀ ਸ਼ਿਕਨ ਚਿਹਰੇ ਦੇ ਉੱਤੇ ਨਾ ਆਉਣ ਦਿੰਦਾ ਸੀ। ਉਸਦੇ ਦੋਸਤ ਗੁਰਨਾਮ ਸਿੰਘ, ਚਮਨ ਲਾਲ, ਬਲਦੇਵ ਸਿੰਘ, ਅਰਜਨ ਸਿੰਘ ਕਦੇ ਕਦੇ ਉਸਦੇ ਨਾਲ ਸਲਾਹਾਂ ਕਰਨ ਬੈਠ ਜਾਂਦੇ ਪਰ ਉਹ ਹਿਸਾਬ ਦੇ ਨਾਲ ਹੀ ਗੱਲ ਕਰਦੇ। ਵਿੱਚੋਂ ਵਿੱਚ ਕਈ ਸੁਰਜਨ ਦੇ ਖਿਲਾਫ ਵੀ ਸਨ ਕਿ ਖਾਮ ਖਾ ਦੀ ਜਿੱਦ ਕਰ ਰਿਹਾ। ਸਰੂਪ ਜਦ ਅਰਜਨ ਸਿੰਘ ਨੂੰ ਇਸ ਬਾਰੇ ਮਿਲਦਾ ਤਾਂ ਉਹ ਅੱਗੋਂ ਕਹਿੰਦਾ, ਤੂੰ ਫਿਕਰ ਨਾ ਕਰ, ਚਾਲ ਹਾਲੇ ਜ਼ਰਾ ਜ਼ਿਆਦਾ ਹੀ ਔਖਾ ਫਿਰਦਾ ਪਰ ਕਿੱਥੋਂ ਕੁ ਤੱਕ ਦੌੜੂ, ਨਾਲੇ ਤੁਹਾਡਾ ਕਿਹੜਾ ਮੁੰਡਾ ਮੁੜਿਆ ਜਾਂਦਾ ਇੱਥੋਂ, ਕਈ ਕਈ ਸਾਲ ਲੱਗ ਜਾਂਦੇ ਆ ਇਹਨਾਂ ਕੰਮਾਂ ਨੂੰ। ਗੁਰਨਾਮ ਸਿੰਘ ਨੇ ਇੱਕ ਦਿਨ ਗੁਲਵੰਤ ਦੇ ਨਾਲ ਗੱਲ ਕੀਤੀ ਅਤੇ ਫਿਰ ਬਾਕੀ ਦੋਸਤਾਂ ਨੂੰ ਆਪਣੇ ਵਿਚਾਰ ਦੱਸਦਾ ਹੋਇਆ ਕਹਿਣ ਲੱਗਿਆ, ਬਈ ਗੱਲ ਕ੍ਰਿਸਟਲ ਕਲੀਅਰ ਹੈ, ਕੰਨ ਖੋਲ੍ਹ ਕੇ ਸੁਣ ਲਓ, ਜੇ ਵਸਣਗੀਆਂ ਤਾਂ ਦੋਨੋਂ ਵਸਣਗੀਆਂ, ਇਹ ਗੱਲ ਚਾਲ ਦੇ ਜਵਾਈ ਨੇ ਸਾਫ਼ ਕਰ ਦਿੱਤੀ ਹੈ। ਨਹੀਂ ਨਹੀਂ ਯਾਰ, ਮੇਰੇ ਨਾਲ ਪਹਿਲਾਂ ਗੱਲ ਹੋਈ ਸੀ, ਕਹਿੰਦਾ ਸੀ ਬਈ ਉਹ ਕਿਹਦੇ ਕਿ ਜੇ ਛੋਟੀ ਕੁੜੀ, ਜੇ ਉਹ ਕਹਿ ਦੇਣਾ ਕਿ ਛੋਟੀ ਕੁੜੀ ਨਹੀਂ ਭੇਜਣੀ ਤਾਂ ਮੁੰਡਾ ਪੱਕਾ ਕਰਾ ਦਿਓ, ਪਰ ਇਹ ਕਮਲਾ ਇੱਦਾਂ ਵੀ ਨਹੀਂ ਨਾ ਮੰਨਦਾ। ਅਸਲ ਦੇ ਵਿੱਚ ਬਲਦੇਵ ਸਿਆਂ, ਇਹ ਗੱਲ ਸੋਭਦੀ ਵੀ ਨਹੀਂ। ਕੱਲ੍ਹ ਨੂੰ ਦੁਨੀਆ ਨੇ ਹੀ 50 ਗੱਲਾਂ ਸੁਣਾਉਣੀਆਂ ਬਣਾਉਣੀਆਂ। ਗੱਲ ਦੁਨੀਆ ਦੀ ਹੈ ਕਿ ਕੁੜੀਆਂ ਵਸਾਉਣ ਦੀ? ਯਾਰ ਦੁਨੀਆ ਵੀ ਜਿੱਤੀ ਆ ਕਿਸੇ ਨੇ, ਜੇ ਅਕਲਵੰਦ ਹੋਵੇ ਤਾਂ ਦਿਨੋਂ ਦੋਨੋਂ ਕੁੜੀਆਂ ਨੂੰ ਨਾ ਭੇਜ ਦੇਵੇ, ਪਾਲ ਨਾ ਲਾਵੇ। ਗੁਰਨਾਮ ਸਿੰਘ ਦਾ ਪਹਿਲਾਂ ਤੋਂ ਹੀ ਸੁਭਾਅ ਕੁਝ ਬੜਬੋਲਾ ਸੀ।
ਤੇ ਆਪਣੇ ਦਿਲ ਦੀ ਗੱਲ ਕਹਿ ਦਿਆਂ ਕਰਦਾ ਸਾਹਮਣੇ ਹੀ। ਇੱਕ ਦਿਨ ਉਸਨੇ ਸੁਰਜਨ ਸਿੰਘ ਨੂੰ ਕਿਹਾ, ਯਾਰ ਚਾਲ, ਦੋ ਦੋ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਯਾਰ, ਘੱਟੋ ਘੱਟ ਇੱਕ ਦੀ ਤਾਂ ਬਚਾਈ ਜਾ ਸਕਦੀ ਹੈ ਨਾ। ਗੁਰਨਾਮ ਸਿਆਂ, ਲੱਤ ਗਿੱਟੇ ਤੋਂ ਵੱਢ ਹੋਵੇ ਜਾਂ ਗੋਡੇ ਤੋਂ, ਬੰਦਾ ਇੱਕੋ ਜਿੰਨਾ ਹੀ ਆਰੀ ਹੁੰਦਾ ਹੈ। ਭਾਈ ਮੇਰੇ, ਇਹ ਗੱਲ ਇੰਨੀ ਸੌਖੀ ਨਹੀਂ। ਇਸ ਤਾਣੀ ਦੇ ਵਿੱਚ ਕਈ ਜ਼ਿੰਦਗੀਆਂ ਉਲਝੀਆਂ ਪਈਆਂ। ਜ਼ਰਾ ਠੰਡੇ ਦਿਮਾਗ ਦੇ ਨਾਲ ਸੋਚ ਕੇ ਦੇਖ, ਬਾਕੀ ਤੂੰ ਆਪ ਸਿਆਣਾ ਯਾਰ। ਅਸਲ ਗੱਲ ਤਾਂ ਇਹ ਹੈ ਕਿ ਕੁੜੀ ਨਹੀਂ ਮੰਨਦੀ ਹੈ। ਸੁਰਜਨ ਸਿੰਘ ਨੇ ਪਿੱਛਾ ਛਡਾਉਣ ਦੇ ਲਈ ਕਹਿ ਦਿੱਤਾ। ਉਸਨੂੰ ਪਤਾ ਸੀ ਕਿ ਉਸਦੇ ਇਹ ਸਾਰੇ ਮਿੱਤਰ ਉਸਦੇ ਖੈਰ ਖੁਆ ਹਨ, ਪਰ ਕਿਸੇ ਦੀ ਕੋਈ ਦਲੀਲ ਚੰਗੀ ਨਹੀਂ ਸੀ ਲੱਗ ਰਹੀ। ਇਸ ਤੋਂ ਬਾਅਦ ਉਸਦੇ ਦੋਸਤਾਂ ਨੇ ਉਸਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੀ ਛੱਡਤੀ। ਉਹਨਾਂ ਨੂੰ ਹਮਦਰਦੀ ਜ਼ਰੂਰ ਸੀ, ਪਰ ਨਾਲ ਦੀ ਨਾਲ ਰੋਇਲ ਡੀਨ ਦੇ ਵਿੱਚ ਗੁਲਵੰਤ ਦੇ ਹੱਕ ਦੇ ਵਿੱਚ ਵੀ ਇੱਕ ਗਰੁੱਪ ਜਿਹੜਾ ਉੱਭਰ ਰਿਹਾ ਸੀ। ਸੁਰਜਨ ਸਿੰਘ ਸੋਚਦਾ ਕਿ ਹਾਲੇ ਗੁਲਵੰਤ ਆਕੜ ਆਕੜ ਕੇ ਤੁਰ ਰਿਹਾ, ਅਸਲੀ ਝਟਕੇ ਤਾਂ ਅੱਗੇ ਜਾ ਕੇ ਉਸਨੂੰ ਲੱਗਣਾ ਹੀ ਹੈ, ਪਰ ਵਿਕਣ ਦਾ ਝਟਕਾ, ਤਲਾਕ ਹੋਣ ਦਾ ਝਟਕਾ, ਬੱਚੀ ਦੇ ਖਰਚੇ ਦਾ ਝਟਕਾ, ਉਸਨੂੰ ਯਕੀਨ ਸੀ ਕਿ ਗੁਲਵੰਤ ਇਹ ਸਭ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੇਗਾ। ਇਸ ਦੇ ਲਈ ਇੱਕ ਦਿਨ ਮੁੜ ਪਵੇਗਾ, ਆ ਕੇ ਸੁਰਿੰਦਰ ਨੂੰ ਲੈ ਜਾਵੇਗਾ। ਇੱਕ ਦਿਨ ਪ੍ਰਕਾਸ਼ ਕੌਰ ਰੋਂਦੀ ਹੋਈ ਪੁੱਛਣ ਲੱਗੀ, ਜੀ ਹੁਣ ਕੀ ਬਣੂ ਆਪਣਾ? ਬਣਨਾ ਕੀ ਹੈ, ਜਿਹੜਾ ਵੀ ਬਣੂ ਨਿਬੜਾਂਗੇ। ਜੇ ਰਾਜੂ ਨੂੰ ਪੱਕਾ ਕਰਨਾ ਕਰਾ ਦਿੰਦੇ ਹਾਂ ਤਾਂ ਉਹਨੇ ਤਾਂ ਕੱਲ੍ਹ ਨੂੰ ਇੰਡੀਆ ਚੜ੍ਹ ਜਾਣਾ। ਹੁਣ ਇੰਗਲੈਂਡ ਦੇ ਨਾਂ ਨੂੰ ਭਾਵੇਂ ਕਿਸੇ ਮੰਤਰੀ ਦੀ ਕੁੜੀ ਵਿਆਹ ਲਿਆਵੇ, ਪਰ ਇਹਦਾ ਵੱਡੀ ਦਾ ਕੀ ਕਰੀਏ? ਦੇਖਦੇ ਹਾਂ, ਜੇ ਲੋੜ ਪਈ ਤਾਂ ਘਰ ਸੇਲ 'ਤੇ ਲਵਾ ਦਿਆਂਗੇ ਆਪਾਂ, ਆਪੇ ਦੌੜਾ ਆਊ। ਤੁਸੀਂ ਕੀ ਸੋਚਦੇ ਹੈ ਕਿ ਤੁਹਾਨੂੰ ਇਹ ਜਿੱਦ ਕਰਨੀ ਆਉਂਦੀ ਹੈ? ਉਹ ਵੀ ਘੱਟ ਨਹੀਂ, ਕਹਿੰਦੀ ਪ੍ਰਕਾਸ਼ ਕੌਰ ਰੋਣ ਲੱਗ ਗਈ ਅਤੇ ਕਿੰਨਾ ਚਿਰ ਹੀ ਰੋਂਦੀ ਰਹੀ। ਸੁਰਜਨ ਸਿੰਘ ਨੂੰ ਲੱਗਿਆ ਕਿ ਉਹ ਇਕੱਲਾ ਰਹਿ ਰਿਹਾ ਹੈ। ਉਸਨੂੰ ਇਹ ਨਹੀਂ ਸੀ ਪਤਾ ਕਿ ਸੁਰਿੰਦਰ ਗੁਲਵੰਤ ਨੂੰ ਮਿਲ ਕੇ ਆਈ ਹੈ, ਪਰ ਇਹ ਜ਼ਰੂਰ ਪਤਾ ਸੀ ਕਿ ਉਹ ਰੋਜ਼ਾਨਾ ਗੁਲਵੰਤ ਨੂੰ ਫੋਨ ਕਰਦੀ ਹੈ। ਇਹ ਵੀ ਯਕੀਨ ਸੀ ਕਿ ਗੁਲਵੰਤ ਉਸਨੂੰ ਭਾਵੁਕ ਤੌਰ ਦੇ ਉੱਤੇ ਬਲੈਕਮੇਲ ਕਰ ਰਿਹਾ। ਉਸਨੇ ਸੁਰਿੰਦਰ ਨੂੰ ਇੱਕ ਦਿਨ ਫਿਰ ਆਪਣੇ ਕੋਲ ਬਿਠਾ ਕੇ ਕਿਹਾ, ਦੱਸ ਸੁਰਿੰਦਰ, ਤੂੰ ਕੀ ਚਾਹੁੰਦੀ ਹੈ? ਡੈਡੀ, ਜੋ ਵੀ ਤੁਸੀਂ ਚਾਹੁੰਦੇ ਹੋ। ਹੁਣ ਦੇਖ, ਸਭ ਕੁਝ ਤੇਰੇ ਸਾਹਮਣੇ ਹੀ ਹੈ, ਤੂੰ ਦੱਸ ਤੇਰੇ ਦਿਲ ਦੇ ਵਿੱਚ ਕੀ ਹੈ। ਸੁਰਜਨ ਸਿੰਘ ਗੱਲ ਕਰਕੇ ਉਸ ਵੱਲੋਂ ਜਵਾਬ ਉਡੀਕਣ ਲੱਗ ਗਿਆ ਕਿ ਕੀ ਕਹਿੰਦੀ ਹੈ। ਸੁਰਿੰਦਰ ਦਬੀ ਜਿਹੀ ਜ਼ੁਬਾਨ ਦੇ ਵਿੱਚ ਬੋਲੀ, ਡੈਡ, ਕਿ ਮੇਰਾ ਘਰ ਵਸਣ ਦਾ ਕੋਈ ਚਾਂਸ ਹੈ? ਜੇ ਗੁਲਵੰਤ ਤੈਨੂੰ ਪਿਆਰ ਕਰਦਾ ਹੁੰਦਾ ਨਾ ਤਾਂ ਹੁਣ ਤੱਕ ਆ ਗਿਆ ਹੁੰਦਾ, ਤੈਨੂੰ ਲੈ ਗਿਆ ਹੁੰਦਾ, ਫੋਨ ਕਰਕੇ ਤੈਨੂੰ ਖਰਾਬ ਕਰ ਰਿਹਾ, ਜੋ ਵੀ ਕਹਿ ਰਿਹਾ ਸਭ ਝੂਠ ਹੈ। ਡੈਡ, ਉਹ ਜ਼ਰਾ ਗੁੱਸੇ ਦੇ ਵਿੱਚ ਹੈ, ਆਪਾਂ ਰਾਜੂ ਨੂੰ ਵਾਪਸ ਜਿਉਂ ਮੋੜਨਾ ਚਾਹੁੰਦੇ ਹਾਂ ਨਾ ਉਹਦੇ ਭਰਾ ਨੂੰ। ਅਸੀਂ ਕੋਈ ਪਾਗਲ ਥੋੜ੍ਹੇ ਹਾਂ, ਉਹਨਾਂ ਦੀ ਸਿੱਧੀ ਸਕੀਮ ਹੈ ਕਿ ਰਾਜੂ ਨੂੰ ਪੱਕਾ ਕਰਾ ਕੇ ਦੁਬਾਰਾ ਵਿਆਹ ਦੀ ਅਤੇ ਫਿਰ ਨਵੀਂ ਕੁੜੀ ਲਿਆ ਕੇ ਤੇਰੇ ਸਾਹਮਣੇ ਘਰ ਦੇ ਵਿੱਚ ਰੱਖਣ ਦੀ, ਤਾਂ ਜੋ ਸਾਰੀ ਉਮਰ ਤੈਨੂੰ ਮਾਨਸਿਕ ਤਕਲੀਫ ਦਾ ਸਾਹਮਣਾ ਕਰਨਾ ਪਵੇ, ਤੈਨੂੰ ਟੋਰਚਰ ਕਰਨ। ਸੁਰਜਨ ਸਿੰਘ ਨੇ ਜ਼ਰਾ ਗੁੱਸੇ ਦੇ ਵਿੱਚ ਆਖਿਆ,
ਸੁਰਿੰਦਰ ਚੁੱਪ ਕਰ ਗਈ। ਅੱਜ ਕੱਲ੍ਹ ਸੁਰਜਨ ਸਿੰਘ ਦਾ ਸੁਭਾਅ ਜ਼ਰਾ ਬੋਸੀ ਜਿਹਾ ਹੋ ਗਿਆ ਸੀ। ਉਸਦੇ ਉੱਠ ਕੇ ਜਾਣ ਤੋਂ ਬਾਅਦ ਪ੍ਰਕਾਸ਼ ਕੌਰ ਆਈ ਅਤੇ ਸੁਰਿੰਦਰ ਦੇ ਮੋਢੇ ਦੇ ਉੱਤੇ ਹੱਥ ਰੱਖਦੀ ਬੋਲੀ, ਚੱਲ ਰੋ ਨਾ ਮੇਰੀ ਧੀ, ਆਪੇ ਜੁਆਲਾ ਸ਼ਾਹ ਦੇ ਕੋਈ ਰਾਹ ਕੱਢੂਗਾ। ਜੁਆਲਾ ਸ਼ਾਹ ਹੈ ਆਪਣੇ ਕੋਲ, ਤੇਰੇ ਪਿਓ ਨੇ ਅਤੇ ਵੀਰਾਂ ਨੇ ਰਲ ਕੇ ਭੈਰ ਮਿੱਟੀ ਚੁੱਕੀ ਪਈ ਹੈ। ਜਿਵੇਂ ਜਿਵੇਂ ਵਕਤ ਲੰਘ ਰਿਹਾ ਸੀ, ਗੁਲਵੰਤ ਅੰਦਰੋਂ ਖੁਰ ਰਿਹਾ ਸੀ, ਕਮਜ਼ੋਰ ਪੈ ਰਿਹਾ ਸੀ, ਡਰ ਰਿਹਾ ਸੀ ਕਿ ਸੁਰਿੰਦਰ ਸਦਾ ਦੇ ਲਈ ਉਸਦੀ ਜ਼ਿੰਦਗੀ ਦੇ ਵਿੱਚੋਂ ਜਾ ਰਹੀ ਹੈ ਅਤੇ ਨਾਲ ਹੀ ਉਸਦੀ ਧੀ ਵੀ। ਪਰ ਬਾਹਰੋਂ ਪੂਰਾ ਕਾਇਮ ਸੀ ਉਹ। ਸ਼ਰਾਬ ਨੇ ਉਸਨੂੰ ਇੱਕ ਕਿਸਮ ਦੇ ਨਾਲ ਆਸਰਾ ਦੇ ਦਿੱਤਾ। ਉਸਦੇ ਟੋਲੇ ਦੇ ਵਿਜੇ ਜਿਹੜਾ ਸੀ, ਮੁਸ਼ਤਾਕ, ਰਣਬੀਰ ਅਤੇ ਐਲਨ ਸਭ ਖਰੂਦੀ ਜਿਹੇ ਗਿਣੇ ਜਾਂਦੇ। ਗੁਲਵੰਤ ਵੀ ਉਹਨਾਂ ਵਰਗਾ ਬਣਿਆ ਫਿਰਦਾ ਸੀ। ਇੱਕ ਦਿਨ ਚਮਨ ਲਾਲ ਨੇ ਬਲਦੇਵ ਸਿੰਘ ਨੂੰ ਕਿਹਾ, ਸੁਰਜਨ ਨੇ ਇਹ ਪ੍ਰੋਫੈਸਰ ਜਵਾਈ ਜਿਹੜਾ ਹੈ ਆਪਣੇ ਭਰਾ ਦੇ ਪ੍ਰੋਫੈਸਰ ਜਵਾਈ ਦਾ ਮੁਕਾਬਲਾ ਕਰਨ ਨੂੰ ਲੱਭਿਆ ਸੀ, ਪਰ ਦੇਖ ਕਿੱਦਾਂ ਸ਼ਰਾਬੀ ਹੋਇਆ ਆਪਣੀ ਪ੍ਰੋਫੈਸਰੀ ਰੋਲਦਾ ਫਿਰਦਾ ਹੈ। ਚਮਨ ਲਾਲ, ਚਾਲ ਆਪਣਾ ਦੋਸਤ ਹੈ ਯਾਰ, ਇਸ ਲਈ ਅਸੀਂ ਉਹਦੀ ਸਾਈਡ ਲੈਣੀ ਹੈ, ਹੋਈ ਨਾ। ਪਰ ਤੂੰ ਸੋਚ ਜ਼ਰਾ, ਇਹ ਮੁੰਡਾ ਪਹਿਲਾਂ ਇੱਦਾਂ ਦਾ ਤਾਂ ਨਹੀਂ ਸੀ ਨਾ, ਚਾਲ ਨੇ ਇਹਨੂੰ ਵਿਗਾੜਿਆ, ਹੁਣ ਇਹ ਵੀ ਜਿੱਦੀਆਂ ਜਿੱਦ ਕਰੀ ਜਾਂਦਾ ਬਣਿਆ ਬੈਠਾ। ਤੈਨੂੰ ਇੱਕ ਹੋਰ ਗੱਲ ਵੀ ਦੱਸ ਦੇਵਾਂ, ਕਿਤੇ ਮੁੰਡਿਆਂ ਦਾ ਇਹ ਗਰੁੱਪ ਚਾਲ ਨੂੰ ਕੁਝ ਕਹਿ ਹੀ ਨਾ ਦੇਵੇ, ਇਹ ਮੁੰਡੇ ਕਿਤੇ ਜਿਹੜੀ ਹੈ ਬੇਇੱਜ਼ਤੀ ਹੀ ਨਾ ਕਰ ਦੇਣ, ਕੀ ਪਤਾ ਕੋਈ ਧੱਕਾ ਮਾਰ ਦੇਵੇ ਜਾਂ ਕੁਝ ਹੋਰ। ਨਾ ਬਈ ਬਲਦੇਵ ਸਿਆਂ, ਇਹ ਨਹੀਂ ਅਸੀਂ ਹੋਣ ਦੇਣਾ, ਫਿਰ ਵੀ ਪੁਰਾਣੀ ਦੋਸਤੀ ਹੈ ਯਾਰ, ਅਸੀਂ ਤਾਂ ਪੇਂਡੂ ਵੀ ਹਾਂ। ਗੱਲ ਤਾਂ ਤੇਰੀ ਠੀਕ ਹੈ, ਪਰ ਮਾਹੌਲ ਦਿਨੋਂ ਦਿਨ ਵਿਗੜ ਰਿਹਾ। ਬਲਦੇਵ ਸਿੰਘ ਨੇ ਆਪਣੇ ਡਰ ਦਾ ਇਜ਼ਹਾਰ ਕਰਦਿਆਂ ਕਿਹਾ, ਅਤੇ ਸੁਰਜਨ ਸਿੰਘ ਵੀ ਅਜਿਹਾ ਡਰ ਪਾਲੀ ਫਿਰਦਾ ਸੀ, ਪਰ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਲਈ ਤਿਆਰ ਸੀ। ਉਹ ਗੁਲਵੰਤ ਦਾ ਹਰ ਤਰ੍ਹਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਤਿਆਰ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਗੁਲਵੰਤ ਨੇ ਅਜਿਹਾ ਕਦੇ ਸੋਚਿਆ ਵੀ ਨਹੀਂ ਸੀ, ਉਹ ਤਾਂ ਆਪ ਤੜਪ ਰਿਹਾ ਸੀ। ਸੁਰਿੰਦਰ ਉਸਨੂੰ ਹਰ ਰੋਜ਼ ਫੋਨ ਕਰਦੀ ਅਤੇ ਨਾਲ ਹੀ ਅੰਮ੍ਰਿਤ ਤੋਂ ਤੋਤਲੀਆਂ ਜਿਹੀਆਂ ਗੱਲਾਂ ਵੀ ਕਰਵਾਉਂਦੀ, ਬਾਹਰ ਵੀ ਮਿਲਦੇ ਰਹਿੰਦੇ। ਗੁਲਵੰਤ ਉਸਦੀ ਸ਼ੋਪਿੰਗ ਵੀ ਕਰਾ ਦਿੰਦਾ। ਦੋਵੇਂ ਹੀ ਇੱਕ ਦੂਜੇ ਉੱਪਰ ਜਜ਼ਬਾਤੀ ਦਬਾਅ ਪਾ ਰਹੇ ਸਨ, ਪਰ ਇੱਕ ਦੂਜੇ ਸਾਹਮਣੇ ਕਮਜ਼ੋਰ ਨਹੀਂ ਸਨ ਪੈਣਾ ਚਾਹੁੰਦੇ। ਗੁਲਵੰਤ ਜਿੱਥੇ ਇਹ ਡਰ ਰਿਹਾ ਸੀ ਕਿ ਰਾਜੂ ਵਾਪਸ ਇੰਡੀਆ ਮੁੜ ਜਾਵੇਗਾ, ਅਤੇ ਉੱਥੇ ਹੀ ਉਸਨੂੰ ਆਪਣੀ ਪਤਨੀ ਬੱਚੀ ਘਰ ਬਾਹਰ ਖੁੱਸਣ ਦਾ ਭੈ ਵੀ ਸੀ। ਇੱਕ ਦਿਨ ਤਾਂ ਉਹ ਇੰਨਾ ਉਧਰਿਆ ਕਿ ਉਸਨੇ ਆਪਣੇ ਪਿਓ ਨੂੰ ਚਿੱਠੀ ਲਿਖਤੀ ਕਿ ਸਰਦੂਲ ਰਾਹੀਂ ਸੁਰਜਨ ਉੱਪਰ ਦਬਾਅ ਪਵਾਇਆ ਜਾਵੇ। ਸਰਦੂਲ ਨੇ ਸੁਰਜਨ ਨੂੰ ਚਿੱਠੀ ਲਿਖੀ ਵੀ, ਪਰ ਇਸਦਾ ਸੁਰਜਨ ਸਿੰਘ ਉੱਪਰ ਉਲਟਾ ਅਸਰ ਹੀ ਹੋਇਆ। ਉਹ ਸੋਚਣ ਲੱਗ ਪਿਆ ਕਿ ਗੁਲਵੰਤ ਟੁੱਟਣ ਕੰਢੇ ਹੈ। ਉਸਨੂੰ ਪਤਾ ਚੱਲ ਚੁੱਕਿਆ ਸੀ ਕਿ ਸੁਰਿੰਦਰ ਉਸਨੂੰ ਮਿਲਦੀ ਹੈ। ਉਹ ਅੰਮ੍ਰਿਤ ਦੇ ਗਲ ਲੱਗ ਕੇ ਰੋਂਦਾ ਵੀ ਹੈ। ਸਾਫ਼ ਸੀ ਕਿ ਗੁਲਵੰਤ ਕਮਜ਼ੋਰ ਪੈ ਰਿਹਾ ਹੈ। ਉਸਨੇ ਆਪਣਾ ਆਖਰੀ ਫੈਸਲਾ ਲੈ ਲਿਆ ਹੋਇਆ ਸੀ ਕਿ ਸੁਖਬੀਰ ਨੂੰ ਵਾਪਸ ਨਹੀਂ ਭੇਜੇਗਾ। ਗੁਲਵੰਤ ਹੁਣ ਨਹੀਂ ਤਾਂ ਹੋਰ ਮਹੀਨਾ ਠਹਿਰ ਕੇ ਸੁਰਿੰਦਰ ਨੂੰ ਲੈ ਜਾਵੇਗਾ, ਨਹੀਂ ਤਾਂ ਘਰ ਨੂੰ ਸੇਲ 'ਤੇ ਲਗਵਾ ਦਿੱਤਾ ਜਾਊ। ਇੱਕ ਦਿਨ ਐਲਨ ਗੁਲਵੰਤ ਦੇ ਨਾਲ ਉਸਦੇ ਘਰ ਆ ਗਿਆ। ਕਦੇ ਕਦੇ ਉਹ ਜਾਇਆ ਕਰਦਾ ਸੀ, ਰਲ ਕੇ ਉਹ ਕਰੀ ਬਣਾਉਂਦੇ। ਐਲਨ ਨੂੰ ਭਾਰਤੀ ਖਾਣੇ ਖਾਣ ਦਾ ਬਹੁਤ ਸ਼ੌਂਕ ਸੀ,
ਉਸ ਰਾਤ ਗੁਲਵੰਤ ਸ਼ਰਾਬੀ ਹੋਇਆ ਐਲਨ ਦੇ ਗਲ ਲੱਗ ਕੇ ਰੋਣ ਲੱਗ ਗਿਆ। ਐਲਨ ਉਸਦੇ ਵੱਲ ਦੇਖ ਕੇ ਬਹੁਤ ਤਰਸ ਆਇਆ ਉਸਨੂੰ। ਸਵੇਰੇ ਉੱਠਦਿਆਂ ਹੀ ਉਸਨੇ ਕਿਹਾ, ਗੁਲ ਹੌਂਸਲਾ ਰੱਖ, ਮਰਦ ਬਣ ਯਾਰ, ਜੇ ਤੈਨੂੰ ਸੁਰਿੰਦਰ ਦੇ ਨਾਲ ਇੰਨਾ ਹੀ ਪਿਆਰ ਹੈ ਤਾਂ ਲੈ ਆ। ਮੇਰੇ ਭਰਾ ਦਾ ਕੀ ਬਣੂ ਐਲਨ, ਅਸੀਂ ਇੰਡੀਅਨ ਲੋਕ ਉਸਦੇ ਵਾਪਸ ਮੁੜਨੇ ਨੂੰ ਬਹੁਤ ਬੇਇੱਜ਼ਤੀ ਵਾਲਾ ਕੰਮ ਮੰਨਦੇ ਹਾਂ। ਇਹਦਾ ਹੱਲ ਹੈ, ਮੈਂ ਲੱਭ ਦਿੰਦਾ ਤੈਨੂੰ। ਮੇਰੇ ਸੰਪਰਕ ਦੇ ਵਿੱਚ ਇੱਕ ਕੁੜੀ ਹੈਗੀ ਹੈ ਜਿਹਦਾ ਬੁਆਏਫ੍ਰੈਂਡ ਉਹਨੂੰ ਛੱਡ ਗਿਆ। ਇਹ ਕੁੜੀ ਮੇਰੇ ਪਿੰਡ ਦੀ ਹੈ, ਭੋਲੀ ਜਿਹੀ ਕੁੜੀ ਹੈ। ਜੇ ਉਹਦੇ ਨਾਲ ਦੋਸਤੀ ਰੱਖੇਗਾ ਨਾ ਤਾਂ ਕਦੇ ਤੇਰੇ ਕੰਮ ਵੀ ਆ ਸਕੇਗੀ। ਕੀ ਮਤਲਬ ਹੈ? ਮਤਲਬ ਕਿ ਤੇਰੇ ਭਰਾ ਦਾ ਇੱਧਰੋਂ ਤਲਾਕ ਅਤੇ ਉਸ ਤੋਂ ਬਾਅਦ ਉਸ ਕੁੜੀ ਦੇ ਨਾਲ ਵਿਆਹ। ਇਵੇਂ ਮੰਨ ਜਾਏਗੀ? ਮੰਨ ਜਾਊ ਇੱਦਾਂ? ਉਸਨੂੰ ਮਨਾਉਣਾ ਤੇਰਾ ਕੰਮ ਹੈ, ਪਰ ਮੈਨੂੰ ਯਕੀਨ ਹੈ ਕਿ ਤੇਰਾ ਕੰਮ ਹੋ ਜਾਏਗਾ। ਇੱਕ ਵਾਰ ਮਿਲ ਤਾਂ ਲੈ ਤੂੰ ਉਹਨੂੰ, ਉਹਨੂੰ ਬਾਹਰ ਲੈ ਕੇ ਜਾ, ਦੋਸਤੀ ਪਾ, ਘੁੰਮ ਫਿਰ, ਰਾਤਾਂ ਉਹਦੇ ਨਾਲ ਗੁਜ਼ਾਰ। ਪਰ ਸੁਰਿੰਦਰ ਸੁਰਿੰਦਰ ਤਾਂ ਤੈਨੂੰ ਛੱਡ ਕੇ ਜਾ ਚੁੱਕੀ ਹੈ ਨਾ। ਤੈਨੂੰ ਪਤਾ ਕਿ ਅੱਜ ਕੱਲ੍ਹ ਕੁੜੀਆਂ ਨਵਾਂ ਬੰਦਾ ਲੱਭਣ ਨੂੰ ਮਿੰਟ ਨਹੀਂ ਲਾਉਂਦੀਆਂ, ਹੁਣ ਸੁਰਿੰਦਰ ਉੱਪਰ ਵੀ ਕਿਵੇਂ ਯਕੀਨ ਕਰੇਗਾ? ਐਲਨ ਨੇ ਨਿਹੋਰਾ ਮਾਰਦਿਆਂ ਕਿਹਾ। ਗੁਲਵੰਤ ਤਾ ਖਾ ਗਿਆ ਅਤੇ ਬੋਲਿਆ, ਠੀਕ ਐਲਨ, ਤੈਨੂੰ ਗਰਲਫ੍ਰੈਂਡ ਲੱਭ ਦੇ। ਮੈਨੂੰ ਲੱਭ ਦੇ ਗਰਲਫ੍ਰੈਂਡ, ਸ਼ਾਇਦ ਇਹੋ ਹੀ ਸੁਰਿੰਦਰ ਦੀ ਸਜ਼ਾ ਹੈ। ਮੈਂ ਬਹੁਤ ਹੀ ਇਮਾਨਦਾਰ ਪਤੀ, ਜਦ ਕਿਸੇ ਹੋਰ ਔਰਤ ਦੇ ਨਾਲ ਸੋਵਾਂਗਾ ਤਾਂ ਉਸ 'ਤੇ ਹੱਸਾਂਗਾ। ਗੁਲ, ਆਪਣਾ ਇਹ ਇੰਡੀਅਨ ਸਾਦਾਚਰ ਆਪਣੇ ਤੱਕ ਹੀ ਰੱਖ। ਇਸ ਸਮਾਜ ਦੇ ਵਿੱਚ ਇਹ ਗੱਲ ਬਹੁਤ ਛੋਟੀ ਹੈ, ਹਰ ਕੋਈ ਆਪਣੇ ਬਾਰੇ ਸੋਚਦਾ ਹੈ। ਅਗਲੀ ਸ਼ਾਮ ਨਾ ਐਲਨ ਨੇ ਓਵਰ ਟਾਈਮ ਲਗਾਇਆ ਅਤੇ ਨਾ ਹੀ ਗੁਲਵੰਤ ਨੇ। ਉਸ ਦੋਵੇਂ ਹੀ ਏਂਜਲ ਚਲੇ ਗਏ। ਜਿਸ ਫਲੈਟ ਦੇ ਵਿੱਚ ਐਲਨ ਰਹਿੰਦਾ ਸੀ ਉੱਥੇ ਹੀ ਉਸਦੀ ਇਹ ਪੇਂਡੂ ਕੁੜੀ ਵੀ ਰਹਿੰਦੀ ਸੀ। ਐਲਨ ਨੇ ਤੁਆਰਫ ਕਰਾਇਆ, ਮੇਲ ਗੇਲ ਕਰਾਇਆ। ਗੁਲ, ਇਹ ਬਿਟਰਸ ਹੈ, ਗੁਲ ਹੈ, ਮੇਰਾ ਦੋਸਤ ਹੈ, ਮੇਰੇ ਨਾਲ ਹੀ ਕੰਮ ਕਰਦਾ। ਬਾਕੀ ਗੱਲਾਂ ਤੁਸੀਂ ਆਪਸ ਦੇ ਵਿੱਚ ਕਰ ਲਿਓ, ਪਰ ਤੁਹਾਡੇ ਦੋਹਾਂ ਵਿਚਲੀ ਸਾਂਝ ਦੱਸ ਦੇਵਾਂ ਕਿ ਤੁਹਾਡੀ ਦੋਹਾਂ ਦੀ ਹੀ ਆਪੋ ਆਪਣੇ ਪਾਰਟਨਰ ਦੇ ਨਾਲੋਂ ਨਵਾਂ ਤੋੜ ਵਿਛੋੜਾ ਹੋਇਆ ਅਤੇ ਸ਼ਾਇਦ ਤੁਸੀਂ ਇੱਕ ਦੂਜੇ ਦੇ ਕੰਮ ਆ ਸਕੋ। ਬਿਟਰਸ ਨਜ਼ਦੀਕ ਹੀ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦੀ ਸੀ। ਗੁਲਵੰਤ ਨੂੰ ਉਸਦੇ ਨਾਲ ਗੱਲਾਂ ਕਰਨੀਆਂ ਬਹੁਤ ਚੰਗੀਆਂ ਲੱਗੀਆਂ। ਉਹ ਕਿਸੇ ਓਪਰੀ ਕੁੜੀ ਦੇ ਨਾਲ ਪਹਿਲੀ ਵਾਰ ਗੱਲ ਕਰ ਰਿਹਾ ਸੀ। ਉਹ ਦੋਵੇਂ ਸਵੇਰੇ ਵੇਲੇ ਸਿਰ ਤੱਕ ਉਹ ਸ਼ਰਾਬ ਪੀਂਦੇ ਰਹੇ। ਉਹਨਾਂ ਦੀ ਦੋਸਤੀ ਜੰਮਣ ਲੱਗੀ। ਅਗਲੇ ਦਿਨ ਗੁਲਵੰਤ ਨੇ ਕੰਮ ਤੋਂ ਛੁੱਟੀ ਕਰ ਲਈ ਅਤੇ ਇਹ ਦਿਨ ਬਿਟਰਸ ਦੇ ਨਾਲ ਹੀ ਗੁਜ਼ਾਰਿਆ। ਉਸ ਦਿਨ ਤੋਂ ਬਾਅਦ ਉਹ ਬਹੁਤੀ ਵਾਰ ਘਰ ਜਾਣ ਦੀ ਥਾਂ ਬਿਟਰਸ ਦੇ ਕੋਲ ਚਲਿਆ ਜਾਂਦਾ। ਕਈ ਵਾਰ ਬਿਟਰਸ ਉਸਦੇ ਘਰ ਵੀ ਆ ਜਾਂਦੀ, ਉਸਦੇ ਲਈ ਖਾਣਾ ਵੀ ਬਣਾ ਜਾਂਦੀ ਅਤੇ ਘਰ ਦੀ ਸਫਾਈ ਵੀ ਕਰ ਜਾਂਦੀ। ਬਿਟਰਸ ਦੇ ਨਾਲ ਦੋਸਤੀ ਤੋਂ ਬਾਅਦ ਗੁਲ ਬਦਲਣ ਲੱਗਿਆ। ਸੁਰਿੰਦਰ ਵਾਲੀ ਟੀ ਸਮੱਧਮ ਪੈਣ ਲੱਗ ਗਈ। ਉਹ ਖੁਸ਼ ਰਹਿਣ ਲੱਗਿਆ। ਐਲਨ ਅਤੇ ਵਿਜੇ
ਤੋਂ ਬਿਨਾਂ ਬਿਟਰਸ ਵਾਲੀ ਕਹਾਣੀ ਤਾਂ ਦਾ ਜਿਹੜਾ ਸੀ ਕਿਸੇ ਨੂੰ ਨਹੀਂ ਸੀ ਪਤਾ। ਉਸਨੇ ਸੁਰਿੰਦਰ ਨੂੰ ਫੋਨ ਕਰਨੇ ਵੀ ਘੱਟ ਕਰ ਦਿੱਤੇ। ਉਹ ਸੋਚਣ ਲੱਗਿਆ ਕਿ ਜੋ ਹੋਏਗਾ ਦੇਖੀ ਜਾਊ। ਹੁਣ ਤੱਕ ਇਹ ਗੱਲ ਵੀ ਸਮਝ ਆਉਣ ਲੱਗ ਗਈ ਸੀ ਕਿ ਰਾਜੂ ਨੂੰ ਵਾਪਸ ਮੋੜ ਸਕਣਾ ਇੰਨਾ ਸੌਖਾ ਨਹੀਂ। ਇਸ ਦੇ ਹਾਲੇ ਬਹੁਤ ਸਾਰੇ ਪੜਾਅ ਪਏ ਸਨ। ਇੱਕ ਦਿਨ ਸੁਰਿੰਦਰ ਨੇ ਸੁਰਜਨ ਸਿੰਘ ਦੇ ਕਹਿਣ ਦੇ ਉੱਤੇ ਗੁਲਵੰਤ ਨੂੰ ਕਿਹਾ, ਡਾਰਲਿੰਗ ਮੈਨੂੰ ਸਾਰੇ ਕਹਿ ਰਹੇ ਆ ਵੀ ਜੇ ਗੁੱਲ ਤੈਨੂੰ ਨਹੀਂ ਲਿਜਾਂਦਾ ਤਾਂ ਘਰ ਸੇਲ ਦੇ ਉੱਤੇ ਲਾ ਦੇ। ਲਾ ਦੇ ਫਿਰ, ਇਹ ਦਿਨ ਤਾਂ ਮੈਨੂੰ ਸਾਹਮਣੇ ਦਿਸ ਹੀ ਰਿਹਾ। ਜਦ ਤੂੰ ਘਰੋਂ ਹੀ ਚਲੀ ਗਈ ਤਾਂ ਸਾਰੀ ਸਕੀਮ ਬਣਾ ਕੇ ਹੀ ਗਈ ਹੈ ਹੋਵੇਗੀ। ਹੁਣ ਘਰ ਤਾਂ ਸੇਲ 'ਤੇ ਲੱਗਣਾ ਹੀ ਹੈ। ਜਦ ਤੇਰਾ ਦਿਲ ਕਰਦਾ ਲਾ ਦੇ, ਗੁਲਵੰਤ ਨੇ ਪੂਰੀ ਬੇਫਿਕਰੀ ਦੇ ਨਾਲ ਆਖ ਦਿੱਤਾ। ਸੁਰਿੰਦਰ ਕਾਹਲੀ ਕਾਹਲੀ ਦੇ ਨਾਲ ਬੋਲੀ, ਤੈਨੂੰ ਮੇਰਾ ਕੋਈ ਫਿਕਰ ਨਹੀਂ? ਆਪਣੀ ਧੀ ਦਾ ਕੋਈ ਫਿਕਰ ਨਹੀਂ? ਜੇ ਤੈਨੂੰ ਮੇਰਾ ਤਾਂ ਮੈਨੂੰ ਵੀ ਨਹੀਂ ਤੇਰਾ। ਮੈਂ ਵੀ ਹੁਣ ਸੋਚਣ ਲੱਗ ਪਿਆ ਕਿ ਮੈਂ ਆਪਣਾ ਟਾਈਮ ਤੇਰੀ ਖਾਤਰ ਕਿਉਂ ਵੇਸਟ ਕਰਾਂ? ਕਿਉਂ ਨਾ ਨਵੀਂ ਜ਼ਿੰਦਗੀ ਸ਼ੁਰੂ ਕਰਦਾਂ? ਆਖਦਿਆਂ ਗੁਲਵੰਤ ਨੇ ਫੋਨ ਰੱਖ ਤਾ। ਸੁਰਿੰਦਰ ਨੇ ਉਸਦੀ ਇਹ ਬੇਰੁਖੀ ਪਹਿਲੀ ਵਾਰ ਦੇਖੀ ਸੀ। ਉਹ ਰੋਣ ਲੱਗ ਪਈ ਅਤੇ ਮਨ ਹੀ ਮਨ ਰਾਜੂ ਨੂੰ ਗਾਲਾਂ ਦੇਣ ਲੱਗੀ। ਰਾਜੂ ਨੂੰ ਵਾਪਸ ਮੁੜ ਜਾਣ ਦਾ ਇੱਕ ਸਹਿਮ ਜਿਹਾ ਤਾਂ ਸੀ ਹੀ, ਪਰ ਉਹ ਸਭ ਕੁਝ ਗੁਲਵੰਤ ਉੱਪਰ ਸੁੱਟ ਕੇ ਬੈਠਾ ਸੀ। ਉਸਨੂੰ ਪਤਾ ਸੀ ਕਿ ਉਸਦਾ ਭਰਾ ਕੋਈ ਨਾ ਕੋਈ ਰਸਤਾ ਜਿਹੜਾ ਹੈ ਜ਼ਰੂਰ ਕੱਢ ਲਵੇਗਾ। ਉਹ ਸਵੇਰੇ ਉੱਠਦਾ, ਕੰਮ 'ਤੇ ਚਲੇ ਜਾਂਦਾ, ਵਾਪਸ ਆਉਂਦਾ ਹੀ ਕਾਰਾਂ ਦੇ ਦੁਆਲੇ ਹੋ ਜਾਂਦਾ ਸੀ। ਦਿਨ ਦਾ ਖਾਣਾ ਉਹ ਕੰਮ 'ਤੇ ਹੀ ਖਾਂਦਾ ਸੀ, ਰਾਤ ਨੂੰ ਬਾਹਰੋਂ ਚਿਪਸ ਆਦਿ ਲੈ ਆਉਂਦਾ। ਕਈ ਵਾਰ ਗੁਲਵੰਤ ਦੇ ਦੋਸਤ ਆ ਜਾਂਦੇ ਤਾਂ ਘਰ ਵੀ ਕੁਝ ਬਣਾ ਲੈਂਦੇ। ਘਰ ਦੀ ਸਫਾਈ ਦਾ ਕੰਮ ਰਾਜੂ ਦੇ ਜਿੰਮੇ ਹੁੰਦਾ ਸੀ, ਪਰ ਜਦ ਤੋਂ ਗੁਲਵੰਤ ਦੀ ਬਿਟਰਸ ਦੇ ਨਾਲ ਦੋਸਤੀ ਪਈ ਸੀ, ਘਰ ਦੇ ਬਹੁਤ ਸਾਰੇ ਕੰਮ ਉਹੀ ਕਰ ਜਾਂਦੀ ਸੀ। ਪਹਿਲਾਂ ਤਾਂ ਗੁਲਵੰਤ ਸਰੂਪ ਵੱਲ ਜਾਂਦਾ ਹੀ ਰਹਿੰਦਾ ਸੀ। ਉਹ ਰਲ ਕੇ ਨਵੀਆਂ ਨਵੀਆਂ ਸਕੀਮਾਂ ਲੜਾਉਂਦੇ, ਸੁਰਜਨ ਸਿੰਘ ਨੂੰ ਕਾਬੂ ਕਰਨ ਦੇ ਤਰੀਕੇ ਸੋਚਦੇ। ਸਰੂਪ ਖੁਸ਼ ਸੀ ਕਿ ਗੁਲਵੰਤ ਨੇ ਸੁਰਿੰਦਰ ਉੱਪਰ ਲਗਾਤਾਰ ਦਬਾਅ ਜਿਹੜਾ ਬਣਾਇਆ। ਹੁਣ ਜਦ ਤੋਂ ਉਸਦੀ ਬਿਟਰਸ ਦੇ ਨਾਲ ਦੋਸਤੀ ਪਈ ਸੀ ਨਾ, ਉਸਨੂੰ ਉਸ ਵੱਲ ਜਾਣ ਦਾ ਵਕਤ ਹੀ ਨਹੀਂ ਸੀ ਮਿਲਦਾ। ਫਿਰ ਵੀ ਫੋਨ ਜ਼ਰੂਰ ਕਰਦਾ। ਗੁਲਵੰਤ ਨੇ ਉਸਨੂੰ ਬਿਟਰਸ ਵਾਲੇ ਬਦਲ ਬਾਰੇ ਨਹੀਂ ਸੀ ਦੱਸਿਆ। ਅਜੇ ਉਸਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਬਿਟਰਸ ਦੇ ਨਾਲ ਆਪਣੀ ਦੋਸਤੀ ਬਾਰੇ ਸਰੂਪ ਦੇ ਨਾਲ ਗੱਲ ਕਰ ਸਕੇ। ਸਰੂਪ ਨੂੰ ਰਾਜੂ ਦਾ ਗੁਲਵੰਤ ਦੇ ਨਾਲੋਂ ਵੀ ਜ਼ਿਆਦਾ ਫਿਕਰ ਸੀ। ਸਤਨਾਮੀ ਕਹਿੰਦੀ, ਜੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ। ਜਿਹਦਾ ਇੰਨਾ ਫਿਕਰ ਕਰਦੇ ਹੋ ਉਹ ਕਦੇ ਤੁਹਾਨੂੰ ਮਿਲਣ ਵੀ ਨਹੀਂ ਆਇਆ। ਤੈਨੂੰ ਮਿਲਣ ਆਉਣਾ ਜਾਂ ਨਾ ਆਉਣਾ ਰਾਜੂ ਦੀ ਪ੍ਰੋਬਲਮ ਹੈ, ਪਰ ਜਿਹੜਾ ਮੇਰਾ ਫਿਕਰ ਹੈ ਉਹ ਮੇਰਾ ਹੈ। ਸੁਰਜਨ ਸੂ ਦਾ ਕੋਈ ਤੋੜ ਲੱਭਣਾ ਜਿਹੜਾ ਇਹ ਪੈਣਾ ਸੀ। ਇਹਨਾਂ ਦਿਨਾਂ ਦੇ ਵਿੱਚ ਹੀ ਦਿਲਬਾਗ ਦਾ ਪਿਓ ਕਾਮਰੇਡ ਬਿਸ਼ੰਬਰ ਸਿੰਘ ਭਾਰਤ ਤੋਂ 2 ਮਹੀਨੇ ਦੇ ਲਈ ਆ ਗਿਆ ਇੰਗਲੈਂਡ 'ਚ। ਦਿਲਬਾਗ ਉਸਨੂੰ ਰਿਸ਼ਤੇਦਾਰਾਂ ਨੂੰ ਮਿਲਾਉਂਦਾ ਫਿਰ ਰਿਹਾ। ਇੱਕ ਦਿਨ ਸਰੂਪ ਨੂੰ ਵੀ ਫੋਨ ਆ ਗਿਆ ਕਿ ਉਹ ਮਿਲਣ ਆਉਣਾ ਚਾਹੁੰਦਾ। ਸਰੂਪ ਕੁਝ ਸੋਚਦਾ ਹੋਇਆ ਸਤਨਾਮੀ ਨੂੰ ਕਹਿਣ ਲੱਗਿਆ, ਲੈ ਬਈ ਬਣ ਗਈ ਗੱਲ, ਸੁਰਜਨ ਸੂਹ ਦਾ ਤੋੜ ਲੱਭ ਪਿਆ। ਬਾਗੇ ਦਾ ਪਿਓ ਆਇਆ ਹੋਇਆ, ਮਿਲਣ ਆ ਰਿਹਾ, ਉਹਦੇ ਨਾਲ ਗੱਲ ਕਰਦੇ ਹਾਂ ਆਪਾਂ, ਉਹਨੂੰ ਵਰਤਦੇ ਹਾਂ। ਜੀ ਉਹ ਕੁਝ ਨਹੀਂ ਕਰਨ ਜੋਗਾ, ਉਹ ਤਾਂ ਗੱਪੀ ਆਦਮੀ ਆ, ਗੱਪੀ ਨਿਰਾ ਲਿਫਾਫੇਬਾਜ਼ ਹੈ। ਬਸ ਇਹੋ ਜਿਹੇ ਬੰਦੇ ਦਾ ਹੀ ਕੰਮ ਹੈ ਨਾ ਇਹ,
ਲਿਫਾਫੇ ਬਾਜ਼ੀ ਇਹ ਕੰਮ ਕਰ ਸਕਦਾ ਹੈ। ਉਸਨੇ ਗੁਲਵੰਤ ਨੂੰ ਸੱਦਿਆ ਅਤੇ ਨਾਲ ਹੀ ਰਾਜੂ ਨੂੰ ਵੀ ਆਪਣੀ ਸਾਰੀ ਵਿਉਂਤ ਸਮਝਾਈ। ਗੁਲਵੰਤ ਨੂੰ ਬਹੁਤੀ ਆਸ ਤਾਂ ਨਹੀਂ ਸੀ, ਪਰ ਸੋਚਦਾ ਸੀ ਕਿ ਫਿਰ ਵੀ ਕੋਸ਼ਿਸ਼ ਕਰਨ ਦੇ ਵਿੱਚ ਕੀ ਹਰਜ ਹੈ। ਸਰੂਪ ਨੇ ਰਾਜੂ ਨੂੰ ਕਿਹਾ, ਦੇਖ ਬਈ, ਦੇਖ ਤੇਰੀ ਇੱਕ ਗਲਤੀ ਨੇ ਸਾਨੂੰ ਸਭ ਨੂੰ ਕਿੱਦਾਂ ਟੰਗਿਆ ਪਿਆ ਹੈ। ਜੇ ਤਾਂ ਤੂੰ ਸੁਖਬੀਰ ਦੇ ਨਾਲ ਚੰਗੀ ਤਰ੍ਹਾਂ ਰਹਿਣਾ ਹੈ ਤਾਂ ਅਸੀਂ ਗੱਲ ਅੱਗੇ ਤੋਰੀਏ, ਜੇ ਪਹਿਲਾਂ ਵਾਂਗੂ ਹੀ ਕਰਨਾ ਤਾਂ ਫਿਰ ਰਹਿਣ ਦਿੰਦੇ ਹਾਂ। ਸੌਰੀ ਭਾਜੀ, ਮੈਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਸਾਰੇ ਹੀ ਤੰਗ ਹੋਏ ਪਏ ਹੋ। ਹੁਣ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਐਡਜਸਟ ਕਰੂੰਗਾ, ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਉਣ ਦਿੰਦਾ। ਰਾਜੂ ਵੀ ਹੁਣ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਪੱਕਾ ਹੋ ਜਾਵੇ। ਇਵੇਂ ਸਹਿਮ ਜਿਹੇ ਦੇ ਵਿੱਚ ਰਹਿਣਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉਹ ਦਿਲੋਂ ਸੋਚ ਰਿਹਾ ਸੀ ਕਿ ਜੋ ਹੋ ਗਿਆ ਸੋ ਹੋ ਗਿਆ, ਹੁਣ ਸਭ ਕੁਝ ਭੁੱਲ ਕੇ ਸੁਖਬੀਰ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰੇਗਾ। ਦਿਲਬਾਗ ਆਪਣੇ ਪਿਓ ਨੂੰ ਲੈ ਕੇ ਸਰੂਪ ਨੂੰ ਮਿਲਣ ਆ ਗਿਆ। ਸਰੂਪ ਨੇ ਉਸਦੀ ਵਿਸ਼ੇਸ਼ ਆਓ ਭਗਤ ਦਾ ਇੰਤਜ਼ਾਮ ਕੀਤਾ ਪਿਆ ਸੀ ਪਹਿਲਾਂ ਹੀ। ਵਧੀਆ ਖਾਣੇ ਤੋਂ ਬਿਨਾਂ ਕੁਝ ਤੋਹਫ਼ਿਆਂ ਦਾ ਵੀ ਇੰਤਜ਼ਾਮ ਸੀ। ਬਿਸ਼ੰਬਰ ਸਿੰਘ ਦੇ ਕੋਲ ਰਾਜੂ ਦੇ ਰੋਲੇ ਬਾਰੇ ਪਤਾ ਚੱਲ ਚੁੱਕਿਆ ਸੀ। ਰਾਜੀ ਖੁਸ਼ੀ ਤੋਂ ਬਾਅਦ ਸਰੂਪ ਨੇ ਕਹਿਣਾ ਸ਼ੁਰੂ ਕੀਤਾ, ਅੰਕਲ ਜੀ, ਸਾਨੂੰ ਤਾਂ ਆ ਤੁਹਾਡੇ ਕੁੜਮਾਂ ਨੇ ਲੋਹੇ ਦੇ ਚਣੇ ਚਬਾਏ ਪਏ ਹੈ, ਅਖੇ ਮੁੰਡਾ ਮੋੜ ਦੇਣਾ। ਇਹਨਾਂ ਦੇ ਬਾਪ ਦਾ ਰਾਹ ਚੱਲਦਾ, ਜਿਹਦਾ ਚਾਹੇ ਮੁੰਡਾ ਮੋੜ ਦੇਣ, ਜਿਹਦਾ ਚਾਹੇ ਖੋਹ ਲੈਣ। ਆਖਦਿਆਂ ਉਸਨੇ ਦਿਲਬਾਗ ਵੱਲ ਦੇਖਿਆ। ਸਰੂਪ ਸਮਝਦਾ ਸੀ, ਪਰ ਫਿਰ ਵੀ ਉਸਨੇ ਪੁੱਛਿਆ, ਖੋਹ ਲੈਣ ਤੋਂ ਕੀ ਭਾਵ? ਨੌਜਵਾਨ, ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ, ਪਰ ਤੇਰੇ ਤੋਂ ਲੁਕਿਆ ਵੀ ਕੀ ਹੈ? ਬਾਗਾ, ਹੁਣ ਇਹਨਾਂ ਨੇ ਸਾਡੇ ਤੋਂ ਖੋਹ ਹੀ ਲਿਆ, ਸਾਡੇ ਜੋਗਾ ਤਾਂ ਇਹ ਰਿਹਾ ਹੀ ਨਹੀਂ। ਇਹਨੂੰ ਤਾਂ ਭੁੱਲ ਹੀ ਗਿਆ ਵੀ ਇਹਦੇ ਮਾਂ ਪਿਓ ਵੀ ਹੈਗੇ ਹੈ, ਦੋ ਭੈਣਾਂ ਵੀ ਹੈਗੀਆਂ। ਬਿਸ਼ੰਬਰ ਸਿੰਘ ਨੇ ਗੱਲ ਕਰਦਾ ਦਿਲਬਾਗ ਵੱਲ ਦੇਖਦਾ ਜਾ ਰਿਹਾ ਸੀ ਅਤੇ ਉਹ ਇੱਕ ਪਲ ਦੇ ਲਈ ਰੋਕ ਕੇ ਬੋਲਿਆ, ਮੈਂ ਤਾਂ ਕਹਿੰਦਾ ਪੁੱਤਰੋ, ਸਾਡੀ ਲੰਘ ਗਈ, ਹੁਣ ਤੁਸੀਂ ਬੱਚੇ ਪਾਲੋ, ਸਾਡਾ ਕੀ ਹੈ? ਅਸੀਂ ਤਾਂ ਨਦੀ ਕਿਨਾਰੇ ਰੁਖੜੇ ਹਾਂ, ਜੇ ਹੋ ਸਕੇ ਤਾਂ ਆਪਣੀ ਮਾਂ ਨੂੰ ਬਾਘਾ ਬੱਚੇ ਦਿਖਾ ਲਿਆਵੇ, ਨਹੀਂ ਤਾਂ ਇਹਦੀ ਮਰਜ਼ੀ ਭਾਈ। ਦਿਲਬਾਗ ਨੀਵੀਂ ਪਾਈ ਬੈਠਾ ਸੀ। ਜਿੱਦਣ ਦਾ ਬਿਸ਼ੰਬਰ ਸਿੰਘ ਆਇਆ ਸੀ, ਇਹੋ ਹੀ ਗੱਲ ਕਈ ਵਾਰ ਚਿਤਾਰ ਚੁੱਕਿਆ ਸੀ। ਦਿਲਬਾਗ ਅੱਗਿਓਂ ਹੱਸ ਚੜਦਾ, ਬਿਸ਼ੰਬਰ ਸਿੰਘ ਹੁਣ ਇੰਗਲੈਂਡ ਵੀ ਆਪਣੇ ਭਰਾ ਫੁੰਮਨ ਸਿੰਘ ਦੇ ਸੱਦੇ ਦੇ ਉੱਤੇ ਆਇਆ ਸੀ, ਉਸਨੇ ਹੀ ਟਿਕਟ ਭੇਜਿਆ ਸੀ। ਸਰੂਪ ਆਪਣੀ ਗੱਲ ਕਰਨੀ ਚਾਹੁੰਦਾ ਸੀ, ਪਰ ਕਾਮਰੇਡ ਆਪਣੀ ਕਹਾਣੀ ਲੈ ਕੇ ਬਹਿ ਗਿਆ। ਪਹਿਲੇ ਹਾੜੇ ਤੋਂ ਬਾਅਦ ਹੀ ਕਾਮਰੇਡ ਪੂਰੇ ਜਲੋਹ ਦੇ ਵਿੱਚ ਸੀ ਅਤੇ ਉਹ ਕਹਿਣ ਲੱਗਿਆ, ਆਪਣੇ ਇਲਾਕੇ 'ਚ ਆਪਣੀ ਪੂਰੀ ਧਾਕ ਹੈ, ਕੋਈ ਵੀ ਆਪਣੀ ਸਲਾਹ ਬਿਨਾਂ ਪੈਰ ਨਹੀਂ ਪੁੱਟਦਾ, ਕਦੇ ਮੈਂ ਕਿਸੇ ਦੇ ਨਾਲ ਵਧੀਕੀ ਨਹੀਂ ਹੋਣ ਦਿੱਤੀ। ਆਪਣੇ ਇਲਾਕੇ ਦੇ ਵਿੱਚ ਮਜ਼ਦੂਰ ਦੀ ਉਜਰਤ, ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਦਵਾਉਣਾ ਮੈਂ, ਪਰ ਸੁਰਜਨ ਸੂੰ ਸਾਡੇ ਨਾਲ ਹੀ ਵਧੀਕੀ ਕਰ ਗਿਆ ਯਾਰ, ਸਾਡੀ ਔਲਾਦ ਨੂੰ ਹੀ ਸਾਡੇ ਤੋਂ ਬੇਮੁੱਖ ਕਰ ਦਿੱਤਾ। ਉਸਨੇ ਨਮੋਸ਼ੀ ਜਿਹੀ ਦੇ ਵਿੱਚ ਸਿਰ ਮਾਰਿਆ। ਸਰੂਪ ਨੇ ਸੋਚਿਆ ਕਿ ਪਹਿਲਾਂ ਇਹ ਆਪਾਂ ਗੁੱਬ ਗਲਾਟ ਜਿਹੜਾ ਹੈ ਕੱਢ ਲਵੇ ਆਪਣਾ, ਫਿਰ ਹੀ ਉਹ ਆਪਣੀ ਗੱਲ ਕਰੇਗਾ। ਉਹ ਚੁੱਪ ਕਰਕੇ ਉਸਦੀ ਗੱਲ ਸੁਣਦਾ ਰਿਹਾ। ਕਾਮਰੇਡ ਨੇ ਮੁੜ ਕਹਿਣਾ ਸ਼ੁਰੂ ਕੀਤਾ, ਪਰ ਜਦ ਆਪਣਾ ਹੀ ਪੈਸਾ ਖੋਟਾ ਹੋਵੇ ਨਾ ਤਾਂ ਬਾਣੀਏ ਨੂੰ ਕਾਹਦਾ ਦੋਸ਼ ਹੈ? ਜੇ ਬਾਗੇ ਵਿੱਚ ਦਮ ਹੁੰਦਾ ਤਾਂ ਇਸ ਵੱਡੇ ਚਾਹਲ ਨੂੰ
ਇਹ ਨੱਕ ਰਾਹੀਂ ਪਾਣੀ ਪਿਲਾਉਂਦਾ। ਇਹ ਬੇਘਰਾ ਸਾਲਾ ਚਾਲ ਇੱਕ ਮਰਲਾ ਪਿੰਡ ਦੇ ਵਿੱਚ ਜ਼ਮੀਨ ਨਹੀਂ, ਸਹੁਰਿਆਂ ਨੇ ਘਰ ਪਾਉਣ ਦੇ ਲਈ ਥਾਂ ਦਿੱਤਾ ਇਹਨੂੰ, ਸਾਡੇ ਨਾਲ ਰਿਸ਼ਤਾ ਜੋੜ ਕੇ ਇਹਦੀ ਇੱਜ਼ਤ ਵਧੀ ਹੈ, ਪਰ ਇਹਨੂੰ ਕੋਈ ਵੁਕਤ ਨਹੀਂ ਇਹਦੀ। ਬਿਸ਼ੰਬਰ ਸਿੰਘ ਪਲਕੂ ਦੇ ਲਈ ਖਾਮੋਸ਼ ਹੋਇਆ ਤਾਂ ਸਰੂਪ ਨੇ ਆਪਣੀ ਗੱਲ ਸ਼ੁਰੂ ਕੀਤੀ। ਅੰਕਲ ਜੀ, ਤੁਸੀਂ ਦੁਨੀਆ ਦੇਖੀ ਹੈ, ਵੱਡੇ ਵੱਡੇ ਮਸਲੇ ਹੱਲ ਕੀਤੇ ਹੈ, ਸਾਡਾ ਵੀ ਮਸਲਾ ਹੱਲ ਕਰੋ। ਇਸ ਲੋਹੇ ਦੇ ਥਣ ਚਾਹਲ ਨੂੰ ਜ਼ਰਾ ਪਸਮਾਓ। ਹੁਣ ਨਾ ਬਈ ਨਾ, ਮੈਂ ਇਸ ਬੰਦੇ ਨੂੰ ਬੁਲਾ ਕੇ ਖੁਸ਼ ਨਹੀਂ। ਮੈਂ ਤਾਂ ਰਸਮੋ ਰਸਮੀ ਮਿਲਣ ਵੀ ਆ ਗਿਆ, ਪਰ ਮੇਰਾ ਦਿਲ ਨਹੀਂ ਸੀ ਕਰਦਾ। ਇਹ ਵੀ ਗੱਲ ਠੀਕ ਹੈ, ਮਾੜੇ ਬੰਦੇ ਦੇ ਨਾਲ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਹੁੰਦਾ, ਪਰ ਤੁਸੀਂ ਸਿਆਸਤਦਾਨ ਹੋ, ਸਿਆਸਤ ਦੇ ਵਿੱਚ ਵਿਰੋਧੀ ਨੂੰ ਪਛਾੜਨ ਦੇ ਤਰੀਕਿਆਂ ਤੋਂ ਵਾਕਫ ਹੋ। ਕੋਈ ਲੜਾਓ ਪੈਂਤੜਾ ਫਿਰ। ਸਰੂਪ ਨੇ ਨਾਲ ਹੀ ਇੱਕ ਪੈੱਗ ਹੋਰ ਪਾ ਦਿੱਤਾ। ਬਿਸ਼ੰਬਰ ਨੇ ਪੈੱਗ ਚੁੱਕਿਆ ਅਤੇ ਬੋਲਿਆ, ਜਮਾਤੀ ਦੁਸ਼ਮਣ ਦੇ ਨਾਲ ਤਾਂ ਅਸੀਂ ਸਿੱਧੀ ਟੱਕਰ ਲੈਂਦੇ ਹਾਂ, ਪਰ ਇਹਦਾ ਕੁਝ ਹੋਰ ਸੋਚਣਾ ਪੈਣਾ। ਸੋਚੋ ਅੰਕਲ ਜੀ, ਸੋਚੋ, ਕਰੋ ਸਾਡੇ ਦੁੱਖ ਦੂਰ। ਲਿਆ ਫਿਰ ਨੰਬਰ ਘੁਮਾ ਕੇ ਮੈਨੂੰ ਫੋਨ ਫੜਾ ਜ਼ਰਾ। ਬਿਸ਼ੰਬਰ ਸਿੰਘ ਬੋਲਿਆ, ਦਿਲਬਾਗ ਜੋ ਹੁਣ ਤੱਕ ਮੁੱਖ ਦਰਸ਼ਕ ਜਿਹੜਾ ਬਣਿਆ ਬੈਠਾ ਸੀ, ਕਹਿਣ ਲੱਗਿਆ, ਪਾਪਾ ਦਿਨੇ ਗੱਲ ਕਰ ਲਵਾਂਗੇ ਉਹਨਾਂ ਨਾਲ, ਹੁਣ ਡਰਿੰਕ ਪੀ ਕੇ ਗੱਲ ਕਰਦੇ ਚੰਗੇ ਨਹੀਂ ਲੱਗਦੇ। ਨਕਮਿਆ, ਤੂੰ ਚੁੱਪ ਰਹਿ ਯਾਰ, ਤੈਨੂੰ ਕਿਹਾ ਸੀ ਨਾ ਕੁਝ ਕਰ, ਪਰ ਤੂੰ ਤਾਂ ਕੀਤਾ ਨਹੀਂ, ਹੁਣ ਅੰਕਲ ਨੂੰ ਤਾਂ ਕਰਨ ਦੇ। ਨਗਮਿਆ, ਤੈਨੂੰ ਨਹੀਂ ਪਤਾ, ਪਾਪਾ ਤਾਂ ਪਹਿਲਾਂ ਹੀ ਬਹਾਨਾ ਲੱਭਦਾ ਫਿਰਦਾ ਪੰਗਾ ਲੈਣ ਦਾ। ਦਿਲਬਾਗ ਨੇ ਆਪਣੇ ਦਿਲ ਦੇ ਡਰ ਬਾਰੇ ਦੱਸਿਆ ਅਤੇ ਬਿਸ਼ੰਬਰ ਸਿੰਘ ਨੇ ਕਿਹਾ, ਬਾਗਿਆ ਤੂੰ ਫਿਕਰ ਨਾ ਕਰ, ਸਾਡੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ, ਪਰ ਮੇਰਾ ਫੁੱਲਾਂ ਵਰਗੇ ਬੱਚੇ ਦੇਖ ਕੇ ਮਨ ਖੁਸ਼ ਹੋ ਗਿਆ। ਹੁਣ ਮੈਂ ਉਹਨੂੰ ਕੁਝ ਨਹੀਂ ਕਹਿੰਦਾ, ਬਸ ਇਹਨਾਂ ਮੁੰਡਿਆਂ ਦੀ ਗੱਲ ਹੀ ਕਰੂੰ ਮੈਂ। ਸਰੂਪ ਨੇ ਘੜੀ ਦੇਖੀ, ਕਿਸ ਵੇਲੇ ਸੁਰਜਨ ਸਿੰਘ ਘਰ ਹੀ ਹੋਏਗਾ। ਉਸਨੇ ਉਸਦਾ ਫੋਨ ਨੰਬਰ ਘੁਮਾਇਆ ਅਤੇ ਰਸੀਵਰ ਬਿਸ਼ੰਬਰ ਸਿੰਘ ਨੂੰ ਫੜਾ ਦਿੱਤਾ। ਉਸਨੇ ਰਸਮੀ ਹੈਲੋ ਤੋਂ ਬਾਅਦ ਅਸਲੀ ਗੱਲ ਆਰੰਭੀ, ਸਰਦਾਰ ਜੀ, ਆ ਮੁੰਡਿਆਂ ਕਾਰਨ ਆਪਾਂ ਕਿਹੜੀ ਮੁਸੀਬਤ ਦੇ ਵਿੱਚ ਫਸੇ ਫਿਰਦੇ ਹਾਂ। ਮੈਂ ਚੱਠਿਆਂ ਦੇ ਸਾਰੇ ਖਾਨਦਾਨ ਨੂੰ ਜਾਣਦਾ, ਇੱਦਾਂ ਦੇ ਬੰਦੇ ਨਹੀਂ ਇਹ, ਕਿਤੇ ਕੋਈ ਗਲਤ ਫਹਿਮੀ ਪਈ ਲੱਗਦੀ ਹੈ। ਕਾਮਰੇਡ ਜੀ, ਗਲਤ ਫਹਿਮੀ ਕੋਈ ਨਹੀਂ, ਜੋ ਵੀ ਉਹਨਾਂ ਕੀਤਾ ਸਭ ਸੱਚ ਹੈ। ਇੱਦਾਂ ਨਹੀਂ, ਆਪਾਂ ਸਾਰਿਆਂ ਨੂੰ ਮਿਲ ਕੇ ਇਹਦਾ ਹੱਲ ਲੱਭਣਾ ਚਾਹੀਦਾ ਹੈ। ਹੱਲ ਤਾਂ ਇਹਦਾ ਹੁਣ ਲੱਭ ਚੁੱਕਾ, ਹੁਣ ਜੋ ਹੋਣਾ ਸੀ ਹੋ ਗਿਆ। ਮੁੰਡੇ ਨੂੰ ਮੋੜਨਾ ਕੋਈ ਹੱਲ ਨਹੀਂ ਸਰਦਾਰ ਜੀ, ਤੁਸੀਂ ਸਿਆਣੇ ਹੋ। ਮੁੰਡਾ ਮੁੜਦਾ ਜਾਂ ਨਹੀਂ ਮੁੜਦਾ, ਇਹ ਕੋਰਟਾਂ ਦੇ ਹੱਥ ਦੇ ਵਿੱਚ ਹੈ। ਫਿਰ ਆਪਣਾ ਮਕਸਦ ਤਾਂ ਜ਼ਿੰਦਗੀਆਂ ਜੋੜਨਾ ਹੈ, ਤੋੜਨਾ ਨਹੀਂ ਨਾ। ਸੋ ਰਲ ਕੇ ਆਪਾਂ ਸਾਰੇ ਜੋੜਨ ਬਾਰੇ ਸੋਚੀਏ, ਸਿਆਣਪ ਇਸੇ 'ਚ ਹੈ। ਕਾਮਰੇਡ ਜੀ, ਕਿਹੜਾ ਮਾਪਾ ਚਾਹੇਗਾ ਕਿ ਆਪਣੀ ਧੀ ਦੇ ਰਿਸ਼ਤੇ ਤੋੜਨਾ, ਪਰ ਛੋਟੇ ਦਾ ਮਕਸਦ ਹੀ ਇੱਥੇ ਪੱਕਾ ਹੋਣਾ ਹੈ। ਇਹਨੂੰ ਪਿੰਡ ਦੀ ਕੋਈ ਅਨਪੜ੍ਹ ਜਿਹੀ ਕੁੜੀ ਚਾਹੀਦੀ ਸੀ, ਜਿਹਨੂੰ ਜਦ ਮਰਜ਼ੀ ਕੁੱਟ ਲਵੇ
ਜਦ ਮਰਜ਼ੀ ਗਾਲਾਂ ਕੱਢ ਲਵੇ। ਸਾਡੀ ਕੁੜੀ ਦੀ ਤਾਂ ਇਹਨੇ ਜ਼ਿੰਦਗੀ ਨਰਕ ਬਣਾ ਛੱਡੀ ਹੈ। ਕੋਈ ਗੱਲ ਨਹੀਂ ਸਰਦਾਰ ਜੀ, ਆਪਾਂ ਸਾਰੇ ਹੀ ਧੀਆਂ ਪੁੱਤਾਂ ਵਾਲੇ ਹਾਂ, ਪਰ ਗੋਰਿਆਂ ਦੇ ਮੁਲਕ ਦੇ ਵਿੱਚ ਆ ਕੇ ਆਪਾਂ ਗੋਰੇ ਨਹੀਂ ਬਣ ਜਾਣਾ ਨਾ ਕਿ ਜਦ ਚਾਹੇ ਵਿਆਹ ਹੋ ਜਾਏ ਅਤੇ ਜਦ ਚਾਹੇ ਛੱਡ ਛਡਾਈ। ਆਪਾਂ ਤਾਂ ਇੱਦਾਂ ਦੇ ਬੰਦੇ ਹਾਂ ਕਿ ਇੱਕ ਵਾਰ ਕਿਸੇ ਦੀ ਬਾਂਹ ਫੜ ਲਈਏ ਤਾਂ ਧੁਰ ਤੱਕ ਉਹਦੇ ਨਾਲ ਨਿਭਾਈਏ। ਕਿਸੇ ਦਿਨ ਆਪਾਂ ਸਾਰੇ ਬੈਠਦੇ ਹਾਂ ਜੀ, ਮੈਂ ਉਹਨੂੰ ਮੁੰਡਿਆਂ ਦੇ ਨਾਲ ਵੀ ਉਹਨਾਂ ਮੁੰਡਿਆਂ ਦੇ ਨਾਲ ਵੀ ਗੱਲ ਕਰਦਾ ਅਤੇ ਸਰੂਪ ਨਾਲ ਵੀ। ਭਲਾ ਇਹ ਸਾਡੇ ਤੋਂ ਕਿੱਥੇ ਭੱਜ ਜਾਣਗੇ, ਆਪਣੀ ਪੂਰੇ ਇਲਾਕੇ 'ਚ ਚੱਲਦੀ ਹੈ। ਐਤਵਾਰ ਸ਼ਾਮ ਦਾ ਸਮਾਂ ਜਿਹੜਾ ਬੰਨ ਲਿਆ ਗਿਆ। ਦਿਲਬਾਗ ਅਤੇ ਬਿਸ਼ੰਬਰ ਸਿੰਘ ਆ ਗਏ, ਸਰੂਪ ਅਤੇ ਸਤਨਾਮੀ ਵੀ। ਅਰਜਨ ਸਿੰਘ ਅਤੇ ਗੁਰਬੰਸ ਕੌਰ ਪਹਿਲਾਂ ਹੀ ਆਏ ਬੈਠੇ ਸਨ। ਅਰਜਨ ਸਿੰਘ ਨੇ ਸੁਰਜਨ ਸਿੰਘ ਦੇ ਨਾਲ ਫੋਨ ਉੱਪਰ ਕੁਝ ਗੱਲਾਂ ਕੀਤੀਆਂ ਵੀ ਸਨ, ਇਸੇ ਲਈ ਉਸਨੇ ਸਰੂਪ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਸੁਰਜਨ ਸਿੰਘ ਕੁਝ ਨਰਮ ਹੈ ਸੋ ਲੋਹਾ ਗਰਮ ਹੈ, ਪਰ ਸੱਟ ਹਿਸਾਬ ਦੇ ਨਾਲ ਮਾਰਿਓ। ਸੁਰਜਨ ਸਿੰਘ ਨੇ ਸਭ ਦਾ ਸਵਾਗਤ ਖਿੜੇ ਮੱਥੇ ਕੀਤਾ। ਸਾਰੇ ਫਰੰਟ ਰੂਮ ਦੇ ਵਿੱਚ ਹੀ ਬੈਠ ਗਏ। ਪਹਿਲਾਂ ਹੀ ਕੁਝ ਵਾਧੂ ਕੁਰਸੀਆਂ ਰੱਖ ਦਿੱਤੀਆਂ ਗਈਆਂ ਅਤੇ ਪ੍ਰਕਾਸ਼ ਕੌਰ, ਸੁਰਿੰਦਰ ਅਤੇ ਸੁਖਬੀਰ ਵੀ ਉਹਨਾਂ ਦੇ ਵਿੱਚ ਹੀ ਆ ਬੈਠੀਆਂ। ਸੁਰਜਨ ਸਿੰਘ ਨੇ ਸਾਰੀ ਗੱਲ ਸੰਖੇਪ ਰੂਪ ਦੇ ਵਿੱਚ ਸਭ ਦੇ ਸਾਹਮਣੇ ਰੱਖੀ। ਉਹ ਸਭ ਤੋਂ ਵੱਧ ਦੋਸ਼ ਗੁਲਵੰਤ ਨੂੰ ਦੇ ਰਿਹਾ ਸੀ ਕਿ ਉਹ ਸੁਰਿੰਦਰ ਨੂੰ ਛੱਡੀ ਬੈਠਾ ਸੀ। ਬਿਸ਼ੰਬਰ ਸਿੰਘ ਨੇ ਗੱਲ ਕਰਨ ਜੋਗੀ ਦਾਰੂ ਘਰੋਂ ਹੀ ਲਾਈ ਹੋਈ ਸੀ। ਉਹ ਸੋਫੇ ਤੋਂ ਜ਼ਰਾ ਮੋਰ ਨੂੰ ਹੋ ਹੁੰਦਾ ਬੋਲਿਆ, ਸਰਦਾਰ ਜੀ, ਮੈਂ ਦੋਨਾਂ ਮੁੰਡਿਆਂ ਨੂੰ ਮਿਲਿਆ, ਵੱਡਾ ਤਾਂ ਬਹੁਤ ਹੀ ਬੀਬਾ, ਛੋਟਾ ਵੀ ਮੋਹਰੇ ਬੋਲਦਾ। ਜਿਹੜਾ ਛੋਟੇ ਨੇ ਕੁੜੀ 'ਤੇ ਹੱਥ ਚੁੱਕਿਆ, ਇਹਦੇ ਤਾਂ ਮੈਂ ਵੀ ਖਿਲਾਫ ਹਾਂ। ਵੈਸੇ ਉਹ ਇਹਦੇ ਬਾਰੇ ਮਾਫ਼ੀ ਵੀ ਮੰਗਦਾ, ਜਿਹੜੀ ਗੱਲ ਤੁਸੀਂ ਵੱਡੇ ਦੀ ਕਰਦੇ ਹੋ ਇਹ ਤਾਂ ਕਰਮ ਦਾ ਪ੍ਰਤੀਕਰਮ ਹੈ। ਤੁਸੀਂ ਵੀ ਇਹ ਗੱਲ ਜਾਣਦੇ ਹੀ ਹੋ ਕਿ ਨਹੀਂ ਤਾਂ ਉਹ ਇੱਦਾਂ ਦਾ ਮੁੰਡਾ ਨਹੀਂ। ਛੋਟੇ ਦੀ ਮੈਂ ਗਰੰਟੀ ਲੈਂਦਾ ਕਿ ਹੁਣ ਸੁਧਰ ਜਾਓ। ਮੈਂ ਉਹਦੇ ਨਾਲ 2 ਘੰਟੇ ਗੱਲਾਂ ਕੀਤੀਆਂ ਕਾਮਰੇਡ ਜੀ, ਹੁਣ ਤਾਂ ਉਹਨੇ ਸੁਧਰਨਾ ਹੀ ਹੋਇਆ, ਵਾਪਸ ਜੀ ਉਹ ਮੁੜ ਰਿਹਾ ਇੰਡੀਆ ਨੂੰ। ਸਰਦਾਰ ਜੀ, ਜਿਹੜੀ ਵਾਪਸ ਮੁੜਨ ਵਾਲੀ ਗੱਲ ਹੈ ਨਾ, ਤੁਸੀਂ ਵੀ ਜਾਣਦੇ ਹੋ ਕਿ ਇੰਨੀ ਸੌਖੀ ਨਹੀਂ ਹੁੰਦੀ, ਲੰਮੀ ਗੱਲ ਹੈ। ਵਕੀਲ ਹੋਰ 50 ਰਾਹ ਦੱਸ ਦਿੰਦੇ ਹੈ, ਪਰ ਆਪਾਂ ਇੱਦਾਂ ਦੀਆਂ ਗੱਲਾਂ ਦੇ ਵਿੱਚ ਪਈਏ ਹੀ ਕਿਉਂ? ਤੁਸੀਂ ਇਸੇ ਗੱਲ ਤੋਂ ਡਰਦੇ ਹੋ ਕਿ ਪੱਕਾ ਹੋ ਕੇ ਕੁੜੀ ਛੱਡ ਦਿਓ? ਮੈਂ ਇਸ ਦੀ ਗਰੰਟੀ ਲੈਂਦਾ, ਕਿਸੇ ਦੀ ਕੁੜੀ ਛੱਡਣੀ ਕੋਈ ਖੇਲ ਨਹੀਂ ਹੁੰਦੀ। ਮੈਂ ਸਾਰੀ ਉਮਰ ਸਿਆਸਤ ਦੇ ਵਿੱਚ ਗਾਲ ਦਿੱਤੀ ਹੈ, ਅਤੇ ਜਿਹੜਾ ਬੰਦਾ ਇੱਦਾਂ ਦਾ ਕੰਮ ਕਰੇ ਅਸੀਂ ਤਾਂ ਉਸਨੂੰ ਥਾਂ ਥਾਂ ਬਦਨਾਮ ਕਰਕੇ ਰੱਖ ਦਿਆਂਗੇ, ਅਗਲਾ ਕਿਸੇ ਨੂੰ ਮੂੰਹ ਦਿਖਾਉਣ ਯੋਗਾ ਨਾ ਰਹੂ। ਕਾਮਰੇਡ ਜੀ, ਇੱਥੇ ਇਸ ਮੁਲਕ ਦੇ ਵਿੱਚ ਬਦਨਾਮੀ ਨੂੰ ਕੋਈ ਨਹੀਂ ਪੁੱਛਦਾ। ਇੱਕ ਵਾਰੀ ਪੱਕਾ ਹੋ ਕੇ ਭਾਵੇਂ ਕਿਸੇ ਮਿਨਿਸਟਰ ਦੀ ਕੁੜੀ ਵਿਆਹ ਲਿਆਵੇ, ਇੰਗਲੈਂਡ ਦੇ ਨਾਂ ਨੂੰ 50 ਹੈ। ਕੀ ਗੱਲ ਕਰਦੇ ਹੋ ਸਰਦਾਰ ਜੀ, ਸਾਡੇ ਹੁੰਦੇ ਹੋਏ ਭਲਾ ਇੱਦਾਂ ਦੇ ਗਲਤ ਬੰਦੇ ਦੇ ਨਾਲ ਕੌਣ ਵਰਤ ਲਓ ਫਿਰ? ਤੁਸੀਂ ਕਹਿੰਦੇ ਹੋ ਕਿ ਇਸ ਮੁਲਕ ਦੇ ਵਿੱਚ ਬਦਨਾਮੀ ਨੂੰ ਕੋਈ ਨਹੀਂ ਪੁੱਛਦਾ, ਪਰ ਤੁਹਾਡੀਆਂ ਜੜ੍ਹਾਂ ਤਾਂ ਉੱਥੇ ਹੀ ਹੈ, ਉੱਥੇ ਹੀ ਹੋਈ ਬਦਨਾਮੀ ਇੱਥੇ ਦੇ ਨਾਲੋਂ ਜ਼ਿਆਦਾ ਮਿਹਨੇ ਰੱਖਦੀ ਹੈ। ਮੈਂ ਫਿਰ ਉਹੀ ਗੱਲ ਕਹਿੰਦਾ, ਮੈਂ ਮੁੰਡੇ ਨੂੰ ਸਾਰੀ ਤਰ੍ਹਾਂ ਪਰਖ ਲਿਆ, ਤੁਸੀਂ ਮੇਰੀ ਗਰੰਟੀ ਦੇ ਉੱਤੇ ਕੁੜੀ ਭੇਜ ਦਿਓ,
ਕਾਮਰੇਡ ਨੇ ਦੋਵੇਂ ਹੱਥ ਖੜੇ ਕਰਕੇ ਆਪਣੀ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਤਾ। ਸੁਰਜਨ ਸਿੰਘ ਪ੍ਰਕਾਸ਼ ਕੌਰ ਅਤੇ ਸੁਰਿੰਦਰ ਵੱਲ ਦੇਖਣ ਲੱਗ ਗਿਆ। ਸੁਰਿੰਦਰ ਦੀਆਂ ਅੱਖਾਂ ਦੇ ਵਿੱਚ ਚਮਕ ਸੀ। ਸਰੂਪ ਮੌਕਾ ਸੰਭਾਲਦਾ ਸੁਰਜਨ ਸਿੰਘ ਨੂੰ ਆਖਣ ਲੱਗਿਆ, ਮਾਸੜ ਜੀ, ਮੈਂ ਵੀ ਪੂਰੀ ਜ਼ਿੰਮੇਵਾਰੀ ਲੈਣਾ। ਪਹਿਲਾਂ ਤਾਂ ਮੈਂ ਕਦੇ ਬੋਦਰ ਨਹੀਂ ਕੀਤਾ, ਦੁਕਾਨ ਦੇ ਵਿੱਚ ਹੀ ਬੀਜੀ ਰਿਹਾ। ਸੋਚਦਾ ਸੀ ਕਿ ਚੰਗੀ ਭਲੀ ਨਿਭੀ ਜਾਂਦੀ ਹੈ, ਆਪਣੇ ਘਰ ਖੁਸ਼ ਹੈਗੇ ਹੈ। ਮੈਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ, ਪਰ ਹੁਣ ਮੈਂ ਆਪ ਧਿਆਨ ਰੱਖੂੰ, ਸਾਰੀ ਗੱਲ ਦਾ ਜਵਾਬ ਦੇ ਮੈਂ ਹੂੰ। ਸਤਨਾਮੀ ਨੇ ਪ੍ਰਕਾਸ਼ ਕੌਰ ਦੀ ਬਾਂਹ ਫੜ ਕੇ ਪਤੀ ਦੀ ਕਹੀ ਗੱਲ ਉੱਪਰ ਜਿਹੜਾ ਸੀ ਸਹੀ ਪਾਈ। ਪ੍ਰਕਾਸ਼ ਕੌਰ ਬੋਲੀ, ਪਰ ਉਹਨਾਂ ਨੇ ਤਾਂ ਇੱਕ ਵਾਰੀ ਵੀ ਸਾਡੇ ਤੱਕ ਪਹੁੰਚ ਨਹੀਂ ਕੀਤੀ। ਗੁਲਵੰਤ ਫੋਨ ਕਰਦਾ ਸੁਰਿੰਦਰ ਨੂੰ, ਬਸ ਧਮਕੀਆਂ ਜਿਹੀਆਂ ਹੀ ਦਿੰਦਾ ਰਹਿੰਦਾ। ਮਾਸੀ ਜੀ, ਤੁਸੀਂ ਵੀ ਜਾਣਦੇ ਹੋ ਕਿ ਗੁਲ ਸੁਰਿੰਦਰ ਦੇ ਨਾਲ ਕਿੰਨਾ ਪਿਆਰ ਕਰਦਾ ਹੈ, ਇਸੇ ਲਈ ਤਾਂ ਦਿਨ ਦੇ ਵਿੱਚ ਕਿੰਨੀ ਕਿੰਨੀ ਵਾਰ ਫੋਨ ਕਰਦਾ। ਜਿਹੜੀ ਉਹਨਾਂ ਦੇ ਆਉਣ ਦੀ ਗੱਲ ਕਰਦੇ ਹੋ, ਆਏ ਤਾਂ ਉਹ ਅੱਜ ਵੀ ਹੈ, ਪਰ ਸ਼ਰਮਿੰਦੇ ਹੋਏ ਬਾਹਰ ਕਾਰ ਦੇ ਵਿੱਚ ਹੀ ਬੈਠੇ ਹੈ, ਸਤਨਾਮੀ ਦੱਸ ਰਹੀ ਸੀ। ਉਸਦੇ ਮਗਰ ਹੀ ਬਿਸ਼ੰਬਰ ਸਿੰਘ ਬਾਜੀ ਜਿੱਤੀ ਦਿਸਦੀ ਦੇਖ ਮੁੱਛਾਂ ਨੂੰ ਵੱਟ ਦਿੰਦਾ ਬੋਲਿਆ, ਭੈਣ ਜੀ, ਜਦ ਤੱਕ ਅਸੀਂ ਬੀਬੀਆਂ ਦਾੜੀਆਂ ਵਾਲੇ ਬੈਠੇ ਹਾਂ, ਤਦ ਤੱਕ ਤੁਹਾਨੂੰ ਕਾਹਦੀ ਚਿੰਤਾ। ਸੁਰਜਨ ਸਿੰਘ ਨੇ ਆਪਣਾ ਆਖਰੀ ਹਥਿਆਰ ਵਰਤਿਆ ਅਤੇ ਆਖਿਆ, ਤੁਸੀਂ ਸਾਰੇ ਸੁਖਬੀਰ ਨੂੰ ਪੁੱਛ ਲਓ, ਇਹਦੀ ਜ਼ਿੰਦਗੀ ਦਾ ਸਵਾਲ ਹੈ ਭਾਈ। ਸੁਖਬੀਰ ਸਮਝ ਗਈ ਕਿ ਸਾਰੇ ਉਸਦੇ ਖਿਲਾਫ਼ ਜਾ ਰਹੇ ਨੇ। ਉਹ ਰਾਜੂ ਦੇ ਨਾਲ ਮੁੜ ਕੇ ਰਹਿਣਾ ਨਹੀਂ ਸੀ ਚਾਹੁੰਦੀ। ਉਹ ਡੁਸਕਦੀ ਹੋਈ ਉੱਠ ਦੂਜੇ ਕਮਰੇ ਦੇ ਵਿੱਚ ਚਲੀ ਗਈ। ਉਸਦੇ ਮਗਰ ਹੀ ਪ੍ਰਕਾਸ਼ ਕੌਰ, ਸੁਰਿੰਦਰ ਅਤੇ ਸੁਰਿੰਦਰ ਅਤੇ ਸੁਰਜਨ ਸਿੰਘ ਵੀ, ਬਾਕੀ ਸਾਰੇ ਇੱਕ ਦੂਜੇ ਵੱਲ ਦੇਖਦੇ ਰਹਿ ਗਏ। ਸੁਰਜਨ ਅਤੇ ਬਿਸ਼ੰਬਰ ਸਿੰਘ ਦੀਆਂ ਅੱਖਾਂ ਮਿਲੀਆਂ, ਉਹ ਖੁਸ਼ ਸਨ। ਦੂਜੇ ਕਮਰੇ ਦੇ ਵਿੱਚ ਜਾ ਕੇ ਸੁਰਿੰਦਰ ਨੇ ਸੁਖਬੀਰ ਦੇ ਮੋਢੇ ਫੜ ਕੇ ਕਿਹਾ, ਕਹਿੰਦਾ ਹੈ, ਵਟ ਯੂ ਰੋਂਗ ਵਿਦ ਯੂ, ਆਈ ਡੋਂਟ ਟਰੱਸਟ ਹਿਮ, ਆਈ ਡੋਂਟ ਵਾਂਟ ਟੂ ਗੋ, ਬਟ ਆਈ ਟਰੱਸਟ ਗੁਲ। ਉਹਨੇ ਮੈਨੂੰ ਰਾਜੂ ਬਾਰੇ ਦੱਸਿਆ ਕਿ ਹੁਣ ਠੀਕ ਹੈ। ਵੀਰਾ, ਤੂੰ ਮੇਰੇ ਬਾਰੇ ਕਿਉਂ ਨਹੀਂ ਕੁਝ ਸੋਚਦੀ? ਤੂੰ ਅੰਮ੍ਰਿਤ ਬਾਰੇ ਕੁਝ ਕਿਉਂ ਨਹੀਂ ਸੋਚਦੀ? ਸਾਡੀ ਵੀ ਲਾਈਫ ਹੈਲ ਬਣੀ ਪਈ ਹੈ। ਪ੍ਰਕਾਸ਼ ਕੌਰ ਦੋਹਾਂ ਧੀਆਂ ਵੱਲ ਦੇਖਦੀ ਜਾ ਰਹੀ ਸੀ। ਕੁਝ ਮਿੰਟ ਪਹਿਲਾਂ ਉਸਨੂੰ ਸੁਰਿੰਦਰ ਦੇ ਚਿਹਰੇ 'ਤੇ ਲੋਹੜੇ ਦੀ ਖੁਸ਼ੀ ਝਲਕਦੀ ਸੀ ਦਿਸੀ ਸੀ, ਪਰ ਸੁਖਬੀਰ ਦੀ ਇਸ ਨਾਂ ਦੇ ਕਾਰਨ ਉਸਨੂੰ ਇਹ ਮੁੜ ਗਵਾਚਣ ਦਾ ਡਰ ਬਣਨ ਲੱਗ ਗਿਆ। ਉਸਨੂੰ ਆਪਣੀ ਛੋਟੀ ਧੀ ਦੀ ਜ਼ਿੱਦ ਚੰਗੀ ਨਾ ਲੱਗੀ। ਉਹ ਬੋਲੀ, ਵੀਰਾ, ਤੂੰ ਇਕੱਲੀ ਇੱਕ ਪਾਸੇ ਖੜ੍ਹੀ ਹੈ, ਉਹ ਦੇਖ ਸਿਆਣੇ ਬੰਦਿਆਂ ਦਾ ਵੀ ਸੋਚ ਕੁਝ। ਮੰਮੀ, ਲਾਈਫ ਉਹਨਾਂ ਦੀ ਹੈ ਕਿ ਮੇਰੀ? ਸੁਖਬੀਰ ਸੁਰਜਨ ਸਿੰਘ ਵੱਲ ਦੇਖਣ ਲੱਗੀ। ਉਹ ਬੋਲਿਆ, ਮੈਨੂੰ ਤਾਂ ਰਾਜੂ 'ਤੇ ਭੋਰਾ ਯਕੀਨ ਨਹੀਂ, ਪਰ ਜੇ ਤੂੰ ਸੁਰਿੰਦਰ ਖਾਤਰ ਚਾਂਸ ਲੈਣਾ ਤਾਂ ਦੇਖ ਲੈ। ਸੁਖਬੀਰ ਨੇ ਫਿਰ ਨਾਂ ਦੇ ਵਿੱਚ ਸਿਰ ਮਾਰਤਾ। ਪਹਿਲਾਂ ਸੁਰਿੰਦਰ ਨੂੰ ਲੱਗਣ ਲੱਗਿਆ ਸੀ ਕਿ ਉਹ ਅੱਜ ਹੀ ਗੁਲਵੰਤ ਦੇ ਨਾਲ ਘਰ ਚਲੇ ਜਾਏਗੀ, ਪਰ ਸੁਖਬੀਰ ਉਸਦੀ ਖੁਸ਼ੀ ਦਾ ਜਿਵੇਂ ਗਲਾ ਘੁੱਟਣ ਲੱਗੀ ਸੀ। ਉਸਨੇ ਕਿਹਾ, ਵੀਰਾ, ਪਲੀਜ਼ ਮੇਰੀ ਖਾਤਰ ਮੰਨ ਜਾ, ਮੇਰੀ ਖਾਤਰ ਚੱਲ। ਮੈਂ ਪ੍ਰੋਮਿਸ ਕਰਦੀ ਹਾਂ ਕਿ ਜੇ ਤੈਨੂੰ ਰਾਜੂ ਨੇ ਕੁਝ ਕਿਹਾ ਨਾ, ਤਾਂ ਮੈਂ ਇਹਦਾ ਜਵਾਬ ਗੁੱਲ ਤੋਂ ਮੰਗੂ, ਅਤੇ ਜੇ ਪੱਕਾ ਹੋ ਕੇ ਰਾਜੂ ਨੇ ਤੈਨੂੰ ਛੱਡਿਆ ਤਾਂ ਮੈਂ ਗੁੱਲ ਨੂੰ ਛੱਡ ਦਿਉਂ, ਸਾਰੀ ਉਮਰ ਇਕੱਲੀ ਕੱਢ ਲਉਂ। ਬਲੀਵ ਮੀ, ਆਈ ਪ੍ਰੋਮਿਸ ਵਿਦ ਯੂ, ਜਿੱਦਾਂ ਗੁੱਲ ਕਹਿੰਦੀ
ਇਕੱਠੀਆਂ ਆਓ, ਹੁਣ ਮੈਂ ਉਹਨੂੰ ਕਲੀਅਰ ਕਰ ਦੇਣਾ ਕਿ ਅਸੀਂ ਰਹਿਣਾ ਵੀ ਇਕੱਠੀਆਂ ਨੇ ਹੈ ਅਤੇ ਜੇ ਵਾਪਸ ਵੀ ਗਈਆਂ ਤਾਂ ਇਕੱਠੀਆਂ ਨੇ ਜਾਣਾ। ਬਲਦੇਵ ਸਿੰਘ ਇਹਨਾਂ ਦਿਨਾਂ ਦੇ ਵਿੱਚ ਹੀ ਇੰਡੀਆ ਤੋਂ ਵਾਪਸ ਆਇਆ ਸੀ, ਬਹੁਤ ਹੀ ਉਦਾਸ ਅਤੇ ਮਹਿਸੂਸਿਆ ਹੋਇਆ। ਸੁਰਜਨ ਸਿੰਘ ਦੇ ਧੀ ਜਵਾਈ ਦੀ ਸੁਲਾਹ ਹੋਣ ਦਾ ਜਿਹੜਾ ਪਤਾ ਚੱਲਿਆ ਤਾਂ ਉਸਨੂੰ ਵਧਾਈਆਂ ਦੇਣ ਉਸਦੇ ਕੋਲ ਆ ਗਿਆ। ਉਸਨੇ ਕਿਹਾ, ਚਾਲ ਯਾਰ ਗੁੱਸਾ ਨਾ ਕਰੀ, ਮੁੰਡੇ ਕੁੜੀ ਦੀ ਗੱਲ ਦੇ ਵਿੱਚ ਬਹੁਤਾ ਦਖਲ ਨਾ ਦੇਈਂ, 19-21 ਹੁੰਦੀ ਹੀ ਰਹਿੰਦੀ ਹੈ ਯਾਰ, ਕੁੜੀ ਨੂੰ ਆਪਣੀ ਲੜਾਈ ਆਪੇ ਲੜਨ ਦੇ, ਮੁੰਡੇ ਕਿਤੇ ਧਰੇ ਪਏ ਹੈ। ਸੁਰਜਨ ਸਿੰਘ ਨੂੰ ਉਸਦੀ ਇਹ ਗੱਲ ਬਹੁਤ ਬੁਰੀ ਲੱਗੀ, ਪਰ ਉਸਨੂੰ ਲੱਗਿਆ ਜਿਵੇਂ ਬਲਦੇਵ ਸਿੰਘ ਆਪਣੇ ਕਿਸੇ ਤਜਰਬੇ ਦੇ ਵਿੱਚੋਂ ਬੋਲ ਰਿਹਾ ਹੋਵੇ। ਉਸਨੂੰ ਪਤਾ ਸੀ ਕਿ ਉਹ ਆਪਣੀ ਛੋਟੀ ਕੁੜੀ ਦਾ ਵਿਆਹ ਕਰਨ ਇੰਡੀਆ ਗਿਆ ਹੋਇਆ। ਉਸਨੇ ਪੁੱਛਿਆ, ਕਿੱਦਾਂ ਰਿਹਾ ਇੰਡੀਆ ਸਾਹਿਬ? ਫਿਰ ਪੁੱਛ ਨਾ ਕੁਝ ਯਾਰ, ਸਾਡੇ ਨਾਲ ਤਾਂ ਬਹੁਤ ਬੁਰੀ ਹੋਈ ਹੈ। ਅੱਛਾ, ਕੀ ਹੋ ਗਿਆ? ਅਸੀਂ ਗੱਜ ਵੱਜ ਕੇ ਕੁੜੀ ਦਾ ਵਿਆਹ ਕੀਤਾ, ਮੁੰਡੇ ਦਾ ਪਿਓ ਨਵੇਂ ਸ਼ਹਿਰ ਦਾ ਮੰਨਿਆ ਹੋਇਆ ਵਕੀਲ ਹੈ, ਇਲਾਕੇ ਦੇ ਵੱਡੇ ਵੱਡੇ ਲੋਕ ਵਿਆਹ ਦੇ ਵਿੱਚ ਸ਼ਾਮਲ ਹੋਏ, ਪਰ ਬਹੁਤ ਬੁਰੀ ਹੋ ਗਈ। ਕੀ ਹੋ ਗਿਆ? ਮੁੰਡਾ ਸਾਲਾ ਵਿਆਹ ਦੇ ਕਾਬਲ ਹੀ ਨਹੀਂ ਸੀ, ਵਿਚੋਲੇ ਨੇ ਵੀ ਅਤੇ ਮੁੰਡੇ ਦੇ ਮਾਪੇ ਨੇ ਵੀ ਲੁਕੋ ਰੱਖਿਆ। ਅਸੀਂ ਔਖੇ ਫਿੱਕੇ ਹੋਏ ਤਾਂ ਕਹਿਣ ਲੱਗੇ ਕਿ ਮੁੰਡੇ ਨੂੰ ਇੰਗਲੈਂਡ ਲੈ ਜਾਓ ਅਤੇ ਇਲਾਜ ਕਰਾ ਲਿਓ, ਇਹ ਤਾਂ ਬਈ ਕੁੜੀ ਦੇ ਨਾਲ ਬਹੁਤ ਧੱਕਾ ਹੋ ਗਿਆ। ਧੱਕੇ ਜਿਹਾ ਧੱਕਾ ਯਾਰ, ਕੁੜੀ ਨੂੰ ਗਸ਼ੀਆਂ ਪੈ ਜਾਣ, ਕਹੇ ਸੁਸਾਈਡ ਕਰ ਲੈਣਾ ਮੈਂ। ਫਿਰ ਕੀ, ਅਸੀਂ ਕਿਹੜੀ ਉਹਨਾਂ ਦੇ ਗੋਲੀ ਮਾਰ ਦੇਣੀ ਸੀ? ਉਹ ਚੱਲਦੇ ਪੁਰਜੇ ਲੋਕ, 2 ਮਹੀਨੇ ਦੇ ਲਈ ਗਏ ਸਾਂ ਪਰ 4 ਹਫ਼ਤੇ ਦੇ ਵਿੱਚ ਮੁੜੇ ਹਾਂ। ਕੁੜੀ ਕਮਰੇ 'ਚੋਂ ਨਹੀਂ ਨਿਕਲ ਰਹੀ, ਕਹਿੰਦੀ ਕੰਮ 'ਤੇ ਨਹੀਂ ਜਾਣਾ, ਅਰੇਂਜਡ ਜਿਹੜੀ ਮੈਰਿਜ ਹੈ, ਅਰੇਂਜਡ ਮੈਰਿਜ ਦੇ ਸਿਸਟਮ ਨੂੰ ਕੋਸੀ ਜਾਂਦੀ ਹੈ। ਸੋਰੀ ਬਲਦੇਵ ਯਾਰ, ਇਹ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ, ਕੁੜੀ ਨੂੰ ਇਮੋਸ਼ਨਲ ਆਸਰਾ ਦਿਓ, ਸੰਭਾਲੋ, ਵਕਤ ਦੇ ਨਾਲ ਜ਼ਖਮ ਹੀਲ ਹੋ ਜਾਣਗੇ। ਬਸ ਯਾਰ, ਇੰਨਾ ਮਨ ਖਰਾਬ ਹੈ, ਮੈਂ ਵੀ 2 ਵੀਕ ਵਾਧੂ ਸਿੱਕ ਮਾਰ ਕੇ ਕੰਮ 'ਤੇ ਆਇਆ, ਗੱਲ ਹੀ ਐਸੀ ਹੈ, ਹੌਂਸਲਾ ਰੱਖ, ਹੌਂਸਲਾ, ਹੌਂਸਲੇ ਬਿਨਾਂ ਕਰ ਵੀ ਕੀ ਕਰ ਸਕਦੇ ਹਾਂ, ਮੁੰਡੇ ਵਾਲੇ ਹਾਲੇ ਵੀ ਤੰਗ ਕਰੀ ਜਾਂਦੇ ਆ, ਅਖੇ ਮੁੰਡੇ ਨੂੰ ਮੰਗਾਓ, ਉਹਦਾ ਪਿਓ ਕੋਰਟ ਦੇ ਵਿੱਚ ਲੈ ਜਾਣ ਦੀਆਂ ਧਮਕੀਆਂ ਦੇਈ ਜਾਂਦਾ, ਕਦੇ ਮਿੰਨਤਾਂ ਕਰਨ ਲੱਗਦਾ ਅਤੇ ਇੰਡੀਆ ਵਾਲਿਆਂ ਨੂੰ ਤੰਗ ਕਰੀ ਜਾਂਦਾ, ਇਹ ਲੋਕ ਸਾਲੇ ਹਰਾਮੀ ਹੈ। ਇਸੇ ਲਈ ਮੈਂ ਕਹਿੰਦਾ ਬਈ, ਜੇ ਮੁੰਡਾ ਜ਼ਰਾ ਅੜਬ ਵੀ ਹੈ ਨਾ ਤਾਂ ਕੋਈ ਗੱਲ ਨਹੀਂ, ਹੌਲੀ ਹੌਲੀ ਠੀਕ ਹੋ ਜਾਊ। ਬਲਦੇਵ ਸਿੰਘ ਸੁਰਜਨ ਸਿੰਘ ਦੀ ਸਮੱਸਿਆ ਨੂੰ ਆਪਣੇ ਮਸਲੇ ਦੇ ਨਾਲ ਜੋੜ ਕੇ ਦੇਖ ਰਿਹਾ ਸੀ। ਸੁਰਜਨ ਸਿੰਘ ਨੇ ਕਿਹਾ, ਕੀ ਕਰੀਏ ਯਾਰ, ਜਦ ਗਲਤ ਬੰਦਿਆਂ ਦੇ ਨਾਲ ਵਾਹ ਪੈ ਜਾਵੇ ਤਾਂ ਇੱਦਾਂ ਹੀ ਹੁੰਦਾ, ਹੁਣ ਫੈਸਲਾ ਮੈਂ ਇਸੇ ਕਰਕੇ ਹੀ ਕਰ ਰਿਹਾ ਕਿ ਧੀ ਸੁਖੀ ਰਹੇ, ਪਰ ਕੱਲ੍ਹ ਦਾ ਕੀ ਪਤਾ ਹੁਣ ਕੀ ਹੋਣਾ ਹੈ। ਜੇ ਮੁੰਡਾ ਅੜਬ ਹੋਵੇ ਤਾਂ ਚੱਲ ਜਾਂਦਾ, ਪਰ ਮੁੰਡਾ ਧੋਖੇਬਾਜ਼ੀ ਕਰਦਾ ਸੀ। ਉਸਨੂੰ ਹਾਲੇ ਵੀ ਰਾਜੂ ਉੱਪਰ ਯਕੀਨ ਨਹੀਂ ਸੀ, ਭਾਵੇਂ ਸੁਖਬੀਰ ਰੋਜ਼ ਫੋਨ ਕਰਕੇ ਦੱਸਦੀ ਕਿ ਰਾਜੂ ਹੁਣ ਠੀਕ ਹੈ, ਉਸਨੂੰ ਕੋਈ ਤੰਗੀ ਨਹੀਂ ਸੀ ਦੇ ਰਿਹਾ। ਸੁਰਿੰਦਰ ਤਾਂ ਖੁਸ਼ ਹੀ ਸੀ, ਉਸਨੂੰ ਲੱਗ ਰਿਹਾ ਸੀ ਕਿ 2-2.5 ਮਹੀਨੇ ਮੰਮੀ ਦੇ ਘਰ ਰਹਿ ਕੇ ਜਿਵੇਂ ਉਸਨੇ ਨਰਕ ਭਰਿਆ ਭੋਗਿਆ ਹੋਵੇ। ਸੁਰਜਨ ਸਿੰਘ ਨੂੰ ਕਦੇ ਕਦੇ ਲੱਗਣ ਲੱਗਦਾ ਕਿ ਇਹ ਸਮਝੌਤਾ ਵਧੀਆ ਕਦਮ ਹੈ, ਪਰ ਗੁਲਵੰਤ ਨੂੰ ਉਹ ਮਾਫ਼ੀ ਨਹੀਂ ਸੀ ਮਾਫ਼ ਨਹੀਂ ਕਰ ਸਕਦਾ ਸੀ।
ਇੱਕ ਦਿਨ ਗੁਲਵੰਤ ਨੇ ਇਸ ਸਮਝੌਤੇ ਕਾਰਨ ਕੰਮ ਉੱਪਰ ਪਾਰਟੀ ਵੀ ਕੀਤੀ। ਉਸ ਦੇ ਦੋਸਤਾਂ ਨੇ ਰਲ ਕੇ ਖੂਬ ਸ਼ਰਾਬ ਪੀਤੀ। ਇੱਕ ਦਿਨ ਗੁਲਵੰਤ ਨੇ ਇਸ ਸਮਝੌਤੇ ਕਾਰਨ ਕੰਮ ਉੱਪਰ ਪਾਰਟੀ ਵੀ ਕੀਤੀ ਅਤੇ ਸੁਰਜਨ ਉਸ ਦਿਨ ਬਹੁਤ ਦੁਖੀ ਰਿਹਾ। ਉਸਨੂੰ ਜਾਪਿਆ ਕਿ ਇਹ ਸਮਝੌਤਾ ਗੁਲਵੰਤ ਦੀ ਜਿੱਤ ਅਤੇ ਉਸਦੀ ਹਾਰ ਹੈ। ਸਵੇਰੇ 10 ਵਜੇ ਦਿਲਬਾਗ ਅਵਤਾਰ ਨੂੰ ਮਿਲਣ ਚਲਿਆ ਗਿਆ। ਉਹ ਹਾਲੇ ਵੀ ਬਨਾਰਸੀ ਦਾਸ ਦੇ ਘਰ ਹੀ ਰਹਿੰਦਾ ਸੀ। ਦਿਲਬਾਗ ਹੁਣ ਜ਼ਰਾ ਦੂਰ ਹੋਣ ਕਰਕੇ ਘੱਟ ਮਿਲਣ ਆਉਂਦਾ, ਪਰ ਅੱਜ ਉਹ ਬੱਚੇ ਲੈ ਕੇ ਸਹੁਰੀ ਆਇਆ ਹੋਇਆ ਸੀ। ਉਸਨੇ ਸੋਚਿਆ ਕਿ ਕਿਉਂ ਨਾ ਅਵਤਾਰ ਨੂੰ ਮਿਲਾਵੇ। ਉਸਨੂੰ ਪਤਾ ਸੀ ਕਿ ਆਹ ਹਫ਼ਤਾ ਅਵਤਾਰ ਦੀਆਂ ਛੁੱਟੀਆਂ ਸਨ। ਉਸਨੇ ਜਾ ਕੇ ਘਰ ਦੀ ਡੋਰਬੈਲ ਕੀਤੀ ਅਤੇ ਲਾਜਵੰਤੀ ਨੇ ਦਰਵਾਜ਼ਾ ਖੋਲ੍ਹਿਆ। ਉਸਨੇ ਦੱਸਿਆ ਕਿ ਅਵਤਾਰ ਹਾਲੇ ਆਪਣੇ ਕਮਰੇ ਦੇ ਵਿੱਚ ਹੀ ਸੀ। ਦਿਲਬਾਗ ਨੇ ਫਰੰਟ ਰੂਮ ਦੇ ਵਿੱਚ ਬੈਠੇ ਬਨਾਰਸੀ ਦਾਸ ਨੂੰ ਹੈਲੋ ਕਹੀ ਅਤੇ ਅਵਤਾਰ ਦੇ ਕਮਰੇ ਦੇ ਵਿੱਚ ਚਲਿਆ ਗਿਆ। ਅਵਤਾਰ ਹਾਲੇ ਸੁੱਤਾ ਪਿਆ ਸੀ। ਦਿਲਬਾਗ ਬੋਲਿਆ, ਕਿਉਂ ਬਈ ਰਾਤੀ ਨੱਕੇ ਮੋੜਦਾ ਰਿਹਾ? ਨਹੀਂ ਯਾਰ, ਓਂਕਾਰ ਵੱਲ ਚਲੇ ਗਿਆ ਸੀ, ਬਹੁਤ ਲੇਟ ਮੁੜਿਆ। ਨਾਲੇ ਰੋਜ਼ ਤਾਂ ਜਲਦੀ ਉੱਠੀਦਾ, ਆ ਹਫ਼ਤਾ ਜ਼ਰਾ ਰੱਜ ਕੇ ਸੌ ਲਈਏ। ਕੱਲ੍ਹ ਹੀ ਸੌਣਾ ਕਿ ਬਾਹਮਣੀ ਆ ਜਾਂਦੀ ਹੁੰਦੀ ਹੈ? ਕੱਲਾ ਹੀ ਸੌਣਾ ਹੈ? ਦਿਲਬਾਗ ਨੇ ਧੀਮੀ ਆਵਾਜ਼ ਦੇ ਵਿੱਚ ਪੁੱਛਿਆ। ਅਵਤਾਰ ਉਸਦੇ ਅਜਿਹੇ ਮਜ਼ਾਕਾਂ ਦਾ ਕਈ ਵਾਰ ਜਵਾਬ ਨਹੀਂ ਸੀ ਦਿੰਦਾ। ਉਹ ਵਾਲ ਵਾਹੁੰਦਾ ਹੋਇਆ ਬੋਲਿਆ, ਕੰਮ 'ਤੇ ਨਹੀਂ ਗਿਆ? ਇੱਕ ਤਾਂ ਸਾਲੀ ਠੰਡ ਬਹੁਤ ਹੈ, ਦੂਜੇ ਘਰ ਵਾਲੀ ਨੂੰ ਇੱਧਰ ਬੁੜੀ ਤਾਂ ਹੀ ਕੋਈ ਕੰਮ ਸੀ, ਨਿਆਣਿਆਂ ਨੂੰ ਛੁੱਟੀ ਸੀ, ਕਿਹਾ ਗੇੜਾ ਮਾਰਾ ਵਾਂ। ਇੱਦਾਂ ਦੀ ਠੰਡ ਦੇ ਵਿੱਚ ਬਾਹਰ ਕਿਉਂ ਨਿਕਲਦਾ ਹੁੰਦਾ ਹੈ? ਘਰ ਦੇ ਵਿੱਚ ਰਹਿ ਕੇ ਬੈੱਡ ਉੱਤੇ ਬੈਠਾ ਰਿਹਾ ਕਰ, ਇੱਕ ਅੱਧਾ ਨਿਆਣਾ ਹੋਰ ਕਹਿੰਦਾ ਘੜ ਲੈ, ਗੌਰਮੈਂਟ ਨੂੰ ਜ਼ਰਾ ਅਕਲ ਦੇ। ਇਹ ਸਾਲੇ ਦੁਨੀਆ ਦੀ ਪਾਵਰ ਬਣੇ ਫਿਰਦੇ ਹੈ, ਇਹਨਾਂ ਨੂੰ ਤਾਂ ਅਸੀਂ ਨਿਆਣੇ ਪੈਦਾ ਕਰ ਕਰਕੇ ਹੀ ਮਾਰ ਦੇਣਾ। ਉਹ ਲੰਮਿਆਂ, ਜੇ ਮੈਂ ਨਿਆਣਾ ਘੜੂੰ ਤਾਂ ਆਪਣੀ ਮਸ਼ੀਨ ਦੇ ਨਾਲ, ਤੇਰੇ ਵਾਂਗੂ ਨਹੀਂ ਬੇਗਾਨੇ ਤੰਦੂਰ 'ਚ ਰੋਟੀਆਂ ਲਾਉਂਦਾ ਫਿਰਦਾ ਹੈ। ਤੂੰ ਕੰਮ ਦੀ ਗੱਲ ਕਰ ਓਏ, ਅੱਜ ਦਾ ਕੀ ਪ੍ਰੋਗਰਾਮ ਹੈ? ਮੈਂ ਸੋਚਿਆ ਸੀ ਕਿ ਜੇ ਤੂੰ ਵਿਹਲਾ ਹੋਇਆ ਤਾਂ ਤੇਰੇ ਤੋਂ ਬੀਅਰ ਪੀਂਦਾ, ਨਹੀਂ ਤਾਂ ਫਿਰ ਮੈਂ ਸਰੂਪ ਵੱਲ ਚਲਿਆ ਜਾਣਾ। ਆ ਉਹਦੇ ਚਾਚੇ ਦੇ ਮੁੰਡਿਆਂ ਦੇ ਝਗੜੇ ਕਾਰਨ ਉਹਦੇ ਨਾਲ ਮੇਲਜੋਲ ਵੀ ਘਟਿਆ ਹੋਇਆ ਸੀ। ਮੈਨੂੰ ਤਾਂ ਕਈ ਵਾਰ ਡਰ ਲੱਗਦਾ ਸੀ ਕਿ ਮੂੰਹ ਮੱਥੇ ਲੱਗਣੋਂ ਵੀ ਜਾਵਾਂਗੇ। ਮੁੰਡੇ ਕਰਦੇ ਵੀ ਤਾਂ ਜਾਤੀ ਸੀ ਯਾਰ, ਭਲਾ ਇੱਦਾਂ ਵੀ ਘਰ ਵੱਸਦੇ ਹੁੰਦੇ ਹੈ? ਤੈਨੂੰ ਨਹੀਂ ਪਤਾ ਕਸੂਰ ਸਾਡੇ ਸਹੁਰਾ ਸਾਹਿਬ ਅਤੇ ਬੁੜੀ ਦਾ ਹੈ। ਅਗਲੇ ਨੂੰ ਇੰਨਾ ਚੁੱਕ ਦੇਣਗੇ ਕਿ ਉਹ ਆਪਣੇ ਆਪ ਨੂੰ ਜਿਹੜਾ ਹੈ ਖੁਦਾ ਸਮਝਣ ਲੱਗੇ। ਇਹ ਮੁੰਡੇ ਤਾਂ ਉਹਨਾਂ ਦੇ ਘਰ ਗਏ ਹੀ ਘੱਟ ਸੀ। ਹਾਂ, ਤੇਰੇ ਜ਼ਰੂਰ ਬਾਸ ਦੇ ਰੱਖਿਆ ਸੀ, ਮਲਵਈ ਦੇ ਆਏ ਅਤੇ ਤੂੰ ਮੂੰਹ ਭਰਨੇ ਡਿੱਗਿਆ ਆ। ਉਹਦੇ ਸਾਲੇ ਦੇ ਤਾਂ ਮੈਂ ਉੱਦਾਂ ਹੀ ਫੱਟੇ ਚੁੱਕ ਦਿਉਂ, ਤੂੰ ਤਾਂ ਉਹ ਤੋਂ ਡਰਦਾ ਉੱਦਾਂ ਹੀ ਇਲਾਕਾ ਛੱਡ ਗਿਆ, ਫੱਟੇ ਕੀ ਚੁੱਕਣੇ ਹੈ? ਉਹ ਲੰਮਿਆਂ, ਕਦੇ ਜ਼ਿੰਦਗੀ ਦੇ ਵਿੱਚ ਮੌਕਾ ਆਇਆ ਨਾ ਤਾਂ ਦੇਖੀ, ਸਾਲੇ ਨੂੰ ਚਿੱਤ ਨਾ ਕਰਦਾ ਤਾਂ ਮੈਨੂੰ ਦਿਲਬਾਗ ਬਾਸੀ ਕਹਿਣੇ ਕਿਹਨੇ ਕਹਿਣਾ ਹੈ? ਗੱਲ ਕਰਦਾ ਦਿਲਬਾਗ ਜੋਸ਼ ਦੇ ਵਿੱਚ ਆ ਗਿਆ, ਜਦ ਤੱਕ ਹੇਠੋਂ ਬਨਾਰਸੀ ਦਾਸ ਦੀ ਆਵਾਜ਼ ਆਈ ਕਿ ਚਾਹ ਬਣ ਗਈ, ਆ ਜਾ ਪੀ ਲਵੋ। ਦਿਲਬਾਗ ਬੋਲਿਆ, ਪੰਡਿਤ ਤਾਂ ਹਰ ਵੇਲੇ ਹੁਣ ਘਰ ਹੀ ਬੈਠਾ ਰਹਿੰਦਾ ਹੈ, ਉਮਰ ਹੋ ਗਈ, ਹੁਣ ਜਾਵੇ ਵੀ ਕਿੱਥੇ? ਫਿਰ ਤੇਰਾ ਦਾਅ ਕਿੱਥੇ ਲੱਗਦਾ ਹੋਊ? ਮਾਂ ਦਿਆ ਬਾਗਿਆ, ਤੈਨੂੰ ਕੀ ਪਤਾ ਡੱਡੂ ਕਿਹੜੇ ਵੇਲੇ ਪਾਣੀ ਪੀਂਦੇ ਹੈ। ਕਹਿੰਦਾ ਅਵਤਾਰ ਤੋਲੀਆ ਚੁੱਕ ਕੇ ਗੁਸਲਖਾਨੇ ਜਾ ਵੜਿਆ।
ਤੇ ਦਿਲਬਾਗ ਹੇਠਾਂ ਬਨਾਰਸੀ ਦਾਸ ਦੇ ਕੋਲ ਗੈਸ ਫਾਇਰ ਮੂਹਰੇ ਆ ਬੈਠਾ। ਲਾਜਵੰਤੀ ਨੇ ਉਸਦੇ ਹੱਥ ਦੇ ਵਿੱਚ ਚਾਹ ਦਾ ਕੱਪ ਫੜਾ ਦਿੱਤਾ। ਬਨਾਰਸੀ ਦਾਸ ਪੁੱਛਣ ਲੱਗਿਆ, ਕੀ ਹਾਲ ਹੈ ਬਈ ਸਾਡੇ ਮਿੱਤਰ ਸੁਰਜਨ ਸਿੰਘ ਦਾ? ਠੀਕ ਹੈ ਅੰਕਲ ਜੀ, ਕਦੇ ਜਾ ਹੀ ਨਹੀਂ ਹੋਇਆ, ਉਹਨੇ ਵੀ ਗੇੜਾ ਨਹੀਂ ਮਾਰਿਆ। ਲਾਜਵੰਤੀ ਦੱਸਦੀ ਸੀ ਬਈ ਥੋੜ੍ਹੀ ਗੜਬੜ ਹੋ ਗਈ ਸੀ, ਹੁਣ ਕਿੱਦਾਂ? ਆਲ ਰਾਈਟ ਹੈ? ਆਹੋ ਅੰਕਲ, ਹੁਣ ਠੀਕ ਹੈ, ਚਲੋ ਪਰਮਾਤਮਾ ਦਾ ਸ਼ੁਕਰ ਹੈ। ਕਹੀ ਸੁਰਜਨ ਸਿੰਘ ਨੂੰ ਕਦੇ ਗੇੜਾ ਹੀ ਮਾਰ ਜਾਵੇ, ਆ ਨਾਲ ਦੀ ਤਾਂ ਰੋਡ ਹੈ। ਤੂੰ ਹੀ ਅੰਕਲ ਜ਼ਰਾ ਘੁੰਮਿਆ ਕਰ, ਪੱਬ ਛੱਬ ਜਾਇਆ ਕਰ, ਗੋਡੇ ਸਿੱਧੇ ਰਹਿਣ। ਪੱਬ ਜਾਣਾ ਤਾਂ ਪੱਬ ਵੀ ਲੈ ਚੱਲਦੇ ਹਾਂ, ਬਸ ਖੁੱਲ੍ਹਣ ਹੀ ਵਾਲੇ ਹੋਣੇ ਹੈ। ਮੈਂ ਤੇਰੀ ਗੱਲ ਕਰਦਾ, ਅੰਦਰ ਬੈਠੇ ਨੂੰ ਸੇਂਕ ਨਾ ਲੱਗ ਜਾਵੇ ਕਿਤੇ ਤੈਨੂੰ। ਉਹ ਮੈਂ ਤਾਂ ਆਹ ਖੂੰਜੇ ਵਾਲੇ ਪੱਬ 'ਚ ਦੋ ਗਲਾਸ ਗਿਨਸ ਦੇ ਰੋਜ਼ ਮਾਰ ਕੇ ਆਉਂਦਾ। ਇਹ ਤਾਂ ਸੁਰਜਨ ਹੀ ਆ, 24 ਘੰਟੇ ਡਾਕਖਾਨੇ ਦੇ ਵਿੱਚ ਵੜਿਆ ਰਹਿੰਦਾ। ਜਦ ਤੱਕ ਅਵਤਾਰ ਵੀ ਨਹਾ ਕੇ ਆ ਗਿਆ, ਲਾਜਵੰਤੀ ਰੋਟੀ ਬਾਰੇ ਪੁੱਛਣ ਲੱਗੀ। ਅਵਤਾਰ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਹੁਣ ਉਹ ਪੱਬ ਦੇ ਵਿੱਚ ਹੀ ਕੁਝ ਖਾ ਪੀ ਲੈਣਾ ਸੀ ਉਹਨੇ। ਘਰੋਂ ਨਿਕਲਦਿਆਂ ਹੀ ਦਿਲਬਾਗ ਨੇ ਆਖਿਆ, ਪੰਡਿਤ ਤਾਂ ਮੂਲੋ ਹੀ ਰਹਿ ਗਿਆ ਯਾਰ, ਹੁਣ ਉਹ ਗੱਲ ਨਹੀਂ ਨਾ ਰਹਿ ਗਈ ਉਹਦੀ। ਸੁਰਜਨ ਭਾਜੀ ਤੋਂ 10-15 ਸਾਲ ਵੱਡਾ ਹੋਣਾ ਹੈ, ਪਰ ਤੇਰੀ ਲਾਜਵੰਤੀ ਤਾਂ ਘੋੜੀ ਵਾਂਗੂ ਫਿੱਟ ਫਿਰਦੀ ਹੈ। ਕੀ ਚਰਾਉਣਾ ਉਹਨੂੰ ਹੁੰਦਾ ਯਾਰ, ਕੀ ਚਰਾਉਣਾ ਉਹਨੂੰ। ਜੀ ਦੋਸਤੋ, ਇਹ ਸੀ ਜੀ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਨਾਵਲ ਵਨ ਵੇ ਲੜੀਵਾਰ ਭਾਗ 16, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਲਓ ਜੀ, ਸਾਰਿਆਂ ਨੂੰ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ।